ਬਲਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਹੋ ਅੰਗੁਰੀਆ ਗਰਤ ਪਰਤ ਗਹਿਲੇ ਹੋ ਅੰਗੁਰੀਆ ਸ਼ਰਵਨ ਨ ਸੁਰਤ ਨੈਣ ਸੁੰਦਰ ਨਹੀਂ ਸ਼ਰਵਨ ਨ ਸੁਰਤ ਨੈਣ ਸੁੰਦਰ ਨਹੀਂ ਦੁਆਰ ਰਟਤ ਪਿੰਗੁਰੀਆ ਹਾਰਤ ਦੁਆਰ ਰਟਤ ਪਿੰਗੁਰੀਆ ਦੀਨਾਨਾਥ ਅਨਾਥ ਕਰਣਾ ਮੈਂ ਦੀਨਾਨਾਥ ਅਨਾਥ ਕਰਣਾ ਮੈਂ ਸਾਜਨ ਮੀਤ ਪਿਤਾ ਮਹਿ ਤਰੀਆ ਸਾਜਨ ਮੀਤ ਪਿਤਾ ਮਹਿ ਤਰੀਆ ਚਰਨ ਕਮਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰੇ ਉਤਰੀਆ ਭੈ ਸਾਗਰ ਸੰਤ ਪਾਰੇ ਉਤਰੀਆ ਨਾਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਜਿਨ ਤੂੰ ਨਾਹੀ ਵੀਸਰਿਆ ਸਤਨਾਮ ਵਾਹਿਗੁਰੂ ਜੀ ਮਾਰੂ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤ
ਸਤਿਗੁਰ ਪ੍ਰਸਾਦ। ਡਰ ਪੈ ਧਰਤ ਆਕਾਸ ਨਖਿਤਰਾ, ਸਿਰ ਉਪਰ ਅਮਰ ਕਰਾਰਾ। ਪੌਣ ਪਾਣੀ ਬੈਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ। ਡਰ ਪੈ ਧਰਤ ਆਕਾਸ ਨਖਿਤਰਾ, ਸਿਰ ਉਪਰ ਅਮਰ ਕਰਾਰਾ। ਪੌਣ ਪਾਣੀ ਬੈਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਂ ਦਾ ਰਾਜ, ਭਾਨਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖ਼ ਦੇ ਮਾਲਕ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਗੋਦ ਦਾ ਆਨੰਦ ਪ੍ਰਾਪਤ ਕਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਸੁਭਾਗ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰੂ ਕੇ ਸਵਾਰਿਆਂ ਪਾਸੋਂ ਅੰਮ੍ਰਿਤ ਗੁਰਬਾਣੀ ਦੀ ਕਿਰਤ ਨੂੰ ਸਰਵਣ ਕੀਤਾ ਹੈ। ਉਪਰੰਤ ਇਸ ਅਸਥਾਨ ਦੀ ਚੱਲ ਰਹੀ ਮਰਿਆਦਾ ਮੁਤਾਬਕ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਦਾਰ ਵਿਚਾਰ ਦੇ ਅਧੀਨ ਸ਼ਬਦ ਦੀਆਂ ਆਰੰਭਕ ਪੰਕਤੀਆਂ ਦਾ ਪਾਠ ਸਰਵਣ ਕੀਤਾ ਹੈ। ਆਓ ਪਿਆਰਿਓ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਉੱਥੇ ਅੱਜ ਇਸ ਅਸਥਾਨ ਵਿਖੇ ਸਤਿਗੁਰੂ ਪਾਤਸ਼ਾਹ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਤਿਨ੍ਹਾਂ ਦੇ ਸਤਿਕਾਰਯੋਗ ਤੀਸਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਆਗਮਨ ਵੀ ਮਨਾਇਆ ਜਾ ਰਿਹਾ ਹੈ। ਜਿੱਥੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਨਾਲ ਬਾਬਾ ਜੀ ਦੇ ਜੀਵਨ ਵਿੱਚੋਂ ਵੀ ਜ਼ਰੂਰ ਕੁਝ ਕੁ ਬੇਨਤੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਆਰਿਓ, ਇਸ ਸ਼ਬਦ ਦੇ ਵਿੱਚ ਵੀ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਆ, ਸੱਚੀ ਮੁੱਚੀ ਜੇ ਇਸ ਸ਼ਬਦ ਦੇ ਸਿਧਾਂਤ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਦੇ ਜੀਵਨ ਦੇ ਵਿੱਚ ਇਹ ਪੂਰਾ ਪੂਰਾ ਟੁੱਕਦਾ ਹੈ। ਸੋ ਆਓ ਆਪਣੇ ਅੰਦਰ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰੀਏ। ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਕਾਰਯੋਗ ਮਾਤਾ ਜੀਤੋ ਜੀ, ਤਿਨ੍ਹਾਂ ਦੇ ਗ੍ਰਹਿ ਅੱਜ ਦੇ ਦਿਨ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਲਹਿਰਾਂ ਬਹਿਰਾਂ ਲੱਗੀਆਂ ਨੇ। ਗੁਰੂ ਕੇ ਪਿਆਰਿਓ, ਰਣਜੀਤ ਨਗਾਰੇ ਉੱਤੇ ਚੋਟਾਂ ਲੱਗ ਰਹੀਆਂ ਨੇ। ਮਹਾਰਾਜ ਜੀ ਦੇ ਦੁਆਰ 'ਤੇ ਮੰਗਤਿਆਂ ਦੀ ਤਦਾਦ ਜਿਹੜੀ ਹੈ ਇਕੱਠੀ ਹੋਈ ਹੈ। ਮਾਤਾ ਗੁਜਰੀ ਜੀ
ਖੁਸ਼ੀ ਦੇ ਵਿੱਚ ਮੰਗਤਿਆਂ ਨੂੰ ਹੀਰੇ ਮੋਤੀ ਜਵਾਹਰਾਤ ਸੋਨਾ ਦਾਨ ਕਰਦੇ ਨੇ ਅਤੇ ਮੰਗਤੇ ਜਿਹੜੇ ਆ ਉਹ ਇੱਕ ਇੱਕ ਅਸੀਸ ਦੇ ਰਹੇ ਆ। ਉਹ ਕਹਿ ਰਹੇ ਨੇ ਕਿ ਸਾਹਿਬਜ਼ਾਦਾ ਚਿਰੰਜੀਵੀ ਹੋਵੇ, ਕੋਈ ਕਹਿ ਰਿਹਾ ਆ ਕਿ ਸਾਹਿਬਜ਼ਾਦੇ ਦੀ ਆਯੂ ਬਹੁਤ ਲੰਬੀ ਹੋਵੇ, ਪਰ ਪਿਆਰਿਓ ਜਿਹੜੀ ਅਸੀਸ ਮਹਾਰਾਜ ਨੇ ਬਖਸ਼ਣੀ ਆ ਉਹ ਕੁਝ ਹੋਰ ਤਰੀਕੇ ਦੀ ਆ, ਉਹ ਕਿਸੇ ਵੱਖਰੇ ਢੰਗ ਦੀ ਆ। ਆਓ ਆਪਣੇ ਮਨ ਬਿਰਤੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੈ ਕੇ ਜਾਈਏ, ਨਾਲ ਨਾਲ ਸ਼ਬਦ ਦੀ ਵਿਚਾਰ ਚੱਲੇਗੀ, ਆਪਣੇ ਮਨ ਬੁੱਧ ਚਿੱਤ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੀਏ। ਸਾਰੀ ਸੰਗਤ ਸਤਨਾਮ ਦਾ ਆਵਾਜ਼ਾਂ ਦਿੰਦਿਆਂ ਹੋਇਆਂ ਆਪਣੇ ਅੰਦਰ ਨੂੰ ਟਿਕਾਉਣ ਦੀ ਕੋਸ਼ਿਸ਼ ਕਰੀਏ। ਰਲ ਕੇ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਆਓ ਜੀ ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਕੇ ਸਵਾਰਿਓ। ਅੱਜ ਦਾ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਮਹਾਰਾਜ ਇਸ ਸੰਸਾਰ ਵੱਲ ਤੱਕ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪਿਆਰਿਆ ਇੱਕਾ ਨਿਰਭਉ ਬਾਤ ਸੁਣੀ। ਮਹਾਰਾਜ ਕਹਿੰਦੇ ਨੇ ਇੱਕ ਬਾਤ ਮੈਂ ਤੈਨੂੰ ਦੱਸਾਂ, ਤੂੰ ਇਹ ਤੇਰੇ ਅੰਦਰ ਦੁਨੀਆ ਦਾ ਡਰ ਜਿਹੜਾ ਹੈ ਤੈਨੂੰ ਤੋੜ ਤੋੜ ਕੇ ਖਾ ਗਿਆ। ਦਿਨੇ ਵੀ ਤੂੰ ਡਰਦਾ ਹੋਇਆ ਉੱਠਦਾ ਆ, ਰਾਤ ਨੂੰ ਵੀ ਤੂੰ ਡਰ ਦੇ ਵਿੱਚ ਸੌਂਦਾ ਆ, ਦੁਨੀਆ ਵੀ ਡਰ ਨੇ ਤੈਨੂੰ ਤੋੜ ਕੇ ਰੱਖ ਦਿੱਤਾ ਹੈ, ਤੇਰੇ ਅੰਦਰ ਨੂੰ ਝੰਝੋੜ ਕੇ ਰੱਖ ਦਿੱਤਾ ਆ, ਤੇਰੇ ਅੰਦਰ ਝੂਰਾਪਨ ਜਿਹੜਾ ਆ ਇਹ ਦੁਨੀਆ ਦੇ ਡਰ ਨੇ ਵਸਾ ਦਿੱਤਾ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੱਕ ਪਰਮੇਸ਼ੁਰ ਦਾ ਡਰ ਆ, ਜਿਸ ਪਰਮੇਸ਼ੁਰ ਦੇ ਡਰ ਨੇ ਇਸ ਧਰਤੀ ਨੂੰ ਥੰਮ ਕੇ ਰੱਖਿਆ ਆ, ਜਿਸ ਪਰਮੇਸ਼ੁਰ ਦੇ ਡਰ ਕਰਕੇ ਜਿਹੜੇ ਨਛੱਤਰ ਆ, ਤਾਰੇ ਆ, ਗ੍ਰਹਿ ਮੰਡਲ ਆ ਉਹ ਟਿਮ ਟਿਮਾ ਰਹੇ ਨੇ, ਜਿਸ ਪਰਮੇਸ਼ੁਰ ਦੇ ਡਰ ਕਰਕੇ ਇਹ ਸਾਰੀ ਦੁਨੀਆ, ਬਲਕਿ ਪਿਆਰਿਓ ਕੇਵਲ ਇਹ ਲੋਕ ਨਹੀਂ ਜਿਤਨਾ ਵੀ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਆ, ਉਸ ਦੇ ਡਰ ਦੇ ਵਿੱਚ ਉਹ ਚੱਲਦੀ ਹੋਈ ਲਹਿਕ ਬਹਿਕ ਦੇ ਨਾਲ ਜਿਹੜੀ ਆ ਗੁਰੂ ਕੇ ਪਿਆਰਿਓ ਭਰਪੂਰ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਦੱਸ ਦਿੰਦੇ ਨੇ, ਕਹਿੰਦੇ ਮਨੁੱਖ ਏਕਾ ਨਿਰਭਉ ਬਾਤ ਸੁਣੀ। ਆ ਮੈਂ ਤੈਨੂੰ ਇੱਕ ਬਾਤ ਦੱਸਾਂ, ਪਰਮਾਤਮਾ ਆਪ ਨਿਰਭਉ ਆ, ਜਿਸ ਨੇ ਵੀ ਉਸ ਪਰਮਾਤਮਾ ਦੇ ਗੁਣ ਗਾਏ ਉਹਦਾ ਅੰਦਰੋਂ ਦੁਨਿਆਵੀ ਡਰ ਖਤਮ ਹੋ ਗਿਆ। ਪਿਆਰਿਓ ਮੈਂ ਬੇਨਤੀ ਕਰਾਂ, ਸਾਹਿਬਜ਼ਾਦਾ ਜੀ ਦੇ ਮੁਤਲਕ ਵੀ ਥੋੜੀਆਂ ਬੇਨਤੀਆਂ ਕਰਨੀਆਂ ਨੇ, ਆਪਨੇ ਇਕਾਗਰਤਾ ਬਖਸ਼ਣੀ। ਪਹਿਲੀ ਗੱਲ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਇੱਕ ਉਦਾਹਰਣ ਦੇ ਕੇ ਕਹਿ ਰਹੇ ਨੇ, ਬੰਦਿਆ ਦੁਨੀਆ ਦੇ ਡਰ ਨੇ ਤੇਰੇ ਅੰਦਰ ਨੂੰ ਸਵਾਹ ਕੀਤਾ ਹੋਇਆ ਆ, ਇੱਕ ਪਰਮੇਸ਼ੁਰ ਦਾ ਡਰ ਆ, ਇੱਕ ਪਰਮੇਸ਼ੁਰ ਦਾ ਭੈ ਆ, ਇੱਕ ਪਰਮੇਸ਼ੁਰ ਦਾ ਹੁਕਮ ਆ, ਜਿਸ ਦੇ ਹੁਕਮ ਦੇ ਵਿੱਚ ਜਿਹੜੇ ਆ ਫੁੱਲ ਕਿਤਨੀ ਸੋਹਣੀ ਤਰ੍ਹਾਂ ਇਹ ਖਿੜ ਰਹੇ ਨੇ, ਇਹਨਾਂ ਵਿੱਚੋਂ ਮਹਿਕ ਉੱਠਦੀ ਹੈ। ਜੇ ਤੂੰ ਵੀ ਪਰਮੇਸ਼ੁਰ ਦੇ ਡਰ ਦੇ ਵਿੱਚ ਜੀਵੇਂਗਾ ਨਾ, ਸੱਚੀ ਗੱਲ ਤੇਰੇ ਅੰਦਰੋਂ ਵੀ ਬਹੁਤ ਸੁੰਦਰ ਮਹਿਕ ਜਿਹੜੀ ਆ ਤੇਰੇ ਜੀਵਨ ਵਿੱਚ ਮਹਿਸੂਸ ਹੋਵੇਗੀ। ਮਹਾਰਾਜ ਕਹਿੰਦੇ ਦੁਨੀਆ ਤੋਂ ਡਰਨ ਵਾਲਿਆ
ਕਦੇ ਰੱਬ ਦੇ ਡਰ ਨੂੰ ਆਪਣੇ ਹਿਰਦੇ 'ਚ ਵਸਾ ਕੇ ਵੇਖੀ ਕਿਹੋ ਜਿਹੀ ਤੇਰੀ ਜ਼ਿੰਦਗੀ ਅੰਦਰ ਕਰਾਮਾਤ ਵਰਤਦੀ ਹੈ। ਮਹਾਰਾਜ ਇਸ ਸੇਇੰਗ ਇਨ ਦਿਸ ਸ਼ਬਦ, ਆਈ ਨੋਟ ਗੋਇੰਗ ਟੂ ਸਪੀਕ ਟੂ ਮੱਚ ਇੰਗਲਿਸ਼, ਬਟ ਫੋਰ ਦ ਕਿਡਸ ਦੈਟ ਆਰ ਸਿਟਿੰਗ ਹੇਅਰ ਟੁਡੇ, ਟੁਡੇ ਇਜ਼ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ'ਸ ਬਰਥਡੇ, ਐਂਡ ਵੀ ਡੋਂਟ ਯੂਜ਼ ਦ ਵਰਡ ਬਰਥਡੇ, ਵੀ ਯੂਜ਼ ਦ ਵਰਡ ਆਗਮਨ, ਬਾਬਾ ਜ਼ੋਰਾਵਰ ਸਿੰਘ ਦ ਥਰਡ ਸਾਹਿਬਜ਼ਾਦਾ। And alongside that, Guru Arjan Dev Ji Maharaj is speaking about how to become fearless. Khair pyareo, main itni ki angrezi bolni si kyunki bacche aaye ne, itna tak pata lagge ki ajj Baba Zorawar Singh Ji da janam din hai. Kyunki bachiyan nu pata hunda Christmas kadon aa, bachiyan nu pata hunda nava saal kadon aa, eh dunyavi jehde goriyan de tyohar aa sab inna nu pata aa. Je sade bachiyan nu pata nahi te ehi nahi pata hunda ki Guru Nanak Sahib da purb kadon, ਇਹ ਨਹੀਂ ਪਤਾ ਹੁੰਦਾ ਕਿ ਬਾਬਾ ਅਜੀਤ ਸਿੰਘ ਜੀ ਦਾ ਪੁਰਬ ਕਦੋਂ ਆ, ਇਹ ਨਹੀਂ ਪਤਾ ਹੁੰਦਾ ਕਿ ਬਾਬਾ ਫਤਿਹ ਸਿੰਘ ਜੀ ਦਾ ਪੁਰਬ ਕਦੋਂ ਆ। ਸੋ ਖੈਰ, ਮੈਂ ਫਿਰ ਸ਼ਬਦ ਦੇ ਉੱਤੇ ਆਪ ਜੀ ਨੂੰ ਇੱਕ ਦੋ ਬੇਨਤੀਆਂ ਕਰਨੀਆਂ ਨੇ। ਮਹਾਰਾਜ ਜੀ ਕਹਿੰਦੇ, ਦੁਨੀਆ ਦਾ ਜਿਹੜਾ ਭੈ ਆ ਉਹ ਬੰਦੇ ਨੂੰ ਅੰਦਰੋਂ ਸਵਾਹ ਕਰ ਦਿੰਦਾ ਆ, ਪਰ ਜਿਹੜਾ ਰੱਬ ਦਾ ਭੈ ਆ, ਜਿਹੜਾ ਰੱਬ ਦਾ ਭਉ ਆ, ਜਿਹੜਾ ਰੱਬ ਦਾ ਡਰ ਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਇਹ ਕੇਵਲ ਸੁੱਖ ਨਹੀਂ ਵਰਤਦਾ, ਇਹੋ ਜਿਹਾ ਸੁੱਖ ਉਸ ਬੰਦੇ ਦੇ ਅੰਦਰ ਪੈਦਾ ਹੋ ਜਾਂਦਾ ਆ ਜਿੱਥੇ ਵੀ ਜਾਂਦਾ ਆ। ਸੱਚੀ ਗੱਲ ਹੈ ਗੁਰੂ ਕੇ ਪਿਆਰਿਓ, ਜਨਮ ਸੁਹੇਲਾ ਹੋ ਜਾਂਦਾ ਆ। ਪਹਿਲੀ ਗੱਲ ਅੰਦਰ ਸੁੱਖ, ਫਿਰ ਗੁਰੂ ਕੇ ਪਿਆਰਿਓ ਇੱਕ ਇੱਕ ਪਲ ਦੇ ਅੰਦਰ ਉਹ ਸੁੱਖ ਪਰੋਇਆ ਜਾਂਦਾ ਆ। ਅਤੇ ਤੀਸਰੀ ਗੱਲ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਹਦੀ ਜ਼ੁਬਾਨ ਉੱਤੇ ਪਰਮੇਸ਼ਰ ਦੀ ਸਿਫਤ ਤੋਂ ਬਿਨਾਂ ਹੋਰ ਕੁਝ ਟਿਕ ਹੀ ਨਹੀਂ ਸਕਦਾ। ਜੇ ਬਾਬਾ ਜ਼ੋਰਾਵਰ ਸਿੰਘ ਜੀ ਵੱਲ ਵੇਖਦੇ ਹਾਂ ਨਾ, ਤੇ ਸੱਚੀ ਗੱਲ ਗੁਰੂ ਕੇ ਪਿਆਰਿਓ, ਅੰਦਰ ਇਹੋ ਜਿਹਾ ਸੁੱਖ ਵਸ ਗਿਆ, ਕਿਉਂਕਿ ਕੇਵਲ ਅੰਦਰ ਪਰਮਾਤਮਾ ਦਾ ਭਉ ਸੀ, ਕੇਵਲ ਅੰਦਰ ਗੁਰੂ ਦਾ ਭੈ ਸੀ, ਕੇਵਲ ਅੰਦਰ ਕਲਗੀਧਰ ਦੀ ਜਿਹੜੀ ਸੋਚ ਸੀ। ਬਾਬਾ ਜ਼ੋਰਾਵਰ ਸਿੰਘ ਜਦੋਂ ਪਿਆਰਿਓ ਠੰਡੀਆਂ ਪੋਹ ਦੀਆਂ ਰਾਤਾਂ ਦੇ ਵਿੱਚ ਮਾਤਾ ਗੁਜਰੀ ਜੀ ਦੀ ਉਂਗਲ ਫੜ ਕੇ ਤੁਰੀ ਜਾ ਰਹੇ ਨੇ, ਤੇ ਉਸ ਵੇਲੇ ਮਾਂ ਨੂੰ ਕਹਿ ਰਹੇ ਨੇ, ਮਾਂ ਇੱਕ ਕੰਮ ਕਰ, ਸਾਨੂੰ ਗੁਰੂ ਦੀ ਬਾਣੀ ਸੁਣਾ ਸੁਣਾ ਕੇ ਸਾਡੇ ਅੰਦਰ ਨੂੰ ਇਸ ਠੰਡ ਤੋਂ ਗੁਰੂ ਕੇ ਪਿਆਰਿਓ ਨਿੱਘੀ ਗੋਦ ਵਿੱਚ ਲੈ ਜਾਓ ਗੁਰੂ ਦੀ। ਖੈਰ, ਰਹਾਓ ਦੀ ਪੰਕਤੀ ਉੱਤੇ ਮੈਂ ਆਧਾਰਿਤ ਰਹਿਣਾ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਏਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ੁਬਾਨ ਉੱਤੇ ਵਸਾ, ਪਰਮਾਤਮਾ ਦੇ ਗੁਣਾਂ ਨੂੰ ਗਾ, ਗੁਰੂ ਦੇ ਕੋਲ ਆਣ ਕੇ ਗੁਰੂ ਦੀ ਬਾਣੀ ਨੂੰ ਗਾਉਣਾ ਕਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹੜੇ ਸੁੱਖ ਨੂੰ ਰਾਜੇ ਨਹੀਂ ਮਾਣ ਸਕੇ, ਜਿਹੜੇ ਸੁੱਖ ਨੂੰ ਪੈਸਿਆਂ ਵਾਲੇ ਨਹੀਂ ਮਾਣ ਸਕੇ, ਜਿਹੜੇ ਸੁੱਖ ਨੂੰ ਦੁਨੀਆਂ ਦੇ ਲੋਕ ਤਰਸਦੇ ਆ, ਉਹ ਸੁੱਖ ਤੇਰੇ ਅੰਦਰ ਵਸ ਜਾਏਗਾ। ਏਕਾ ਨਿਰਭਉ ਬਾਤ ਸੁਣੀ, ਮਹਾਰਾਜ ਕਹਿੰਦੇ ਇੱਕ ਗੱਲ ਸੁਣ ਲੈ ਮੇਰੀ, ਇਹ ਗੱਲ ਸੁਣ ਕੇ ਤੇਰੇ ਅੰਦਰ ਵੀ ਨਿਰਭਉ ਦਾ ਵਾਸਾ ਹੋ ਜਾਏਗਾ। ਖੈਰ ਪਿਆਰਿਓ, ਮੈਂ ਥੋੜ੍ਹਾ ਜਿਹਾ ਦੁਨਿਆਵੀ ਡਰ ਦੇ ਮੁਤਲਕ ਬੇਨਤੀ ਕਰਕੇ ਫਿਰ ਪਰਮਾਤਮਾ ਦੇ ਨਿਰਮਲ ਭੈ ਬਾਰੇ ਗੱਲ ਕਰਾਂਗਾ। ਦੁਨੀਆ ਦਾ ਡਰ ਗੁਰੂ ਕੇ ਪਿਆਰਿਓ ਮੈਲ ਦਾ ਇੱਕ ਡਰ ਹੈ, ਇੱਕ ਹੁੰਦਾ ਹੈ ਨਿਰਮਲ ਭਉ, ਇੱਕ ਹੁੰਦਾ ਹੈ ਮੈਲ ਵਾਲਾ ਭਉ। ਪਿਆਰਿਓ, ਜਦੋਂ ਬੰਦਾ ਅੰਦਰ ਡਰਦਾ ਹੈ ਨਾ ਦੁਨਿਆਵੀ ਤੌਰ 'ਤੇ, ਮੇਰੇ ਕੋਲ ਪੈਸੇ ਆਏ ਚਲੇ ਨਾ ਜਾਣ, ਮੇਰੇ ਕੋਲ ਘਰ ਆਏ ਚਲੇ ਨਾ ਜਾਣ,
ਮੇਰੇ ਕੋਲ ਆਹ ਚੀਜ਼ ਆ, ਮੇਰੇ ਹੱਥੋਂ ਚਲੇ ਨਾ ਜਾਏ। ਸੱਚੀ ਗੱਲ ਹੈ ਗੁਰੂ ਕੇ ਪਿਆਰਿਓ, ਉਸ ਡਰ ਦੇ ਅੰਦਰ ਇਤਨੀ ਮੈਲ ਵਸੀ ਹੋਈ ਹੁੰਦੀ ਹੈ, ਬੰਦੇ ਨੂੰ ਰਾਤ ਨੂੰ ਕਈ ਵਾਰੀ ਨੀਂਦ ਵੀ ਨਹੀਂ ਆਉਂਦੀ। ਅੰਤਰ ਚਿੰਤਾ ਨੀਂਦ ਨਾ ਸੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਦੁਨੀਆਂ ਦੇ ਡਰ ਜਿਹੜੇ ਆ ਉਹ ਤੈਨੂੰ ਮਖਮਲ ਦੀ ਗੱਦੇ ਦੇ ਉੱਤੇ ਵੀ ਨੀਂਦ ਦੇ ਵਿੱਚ ਨਹੀਂ ਜਾਣ ਦਿੰਦੇ, ਤੈਨੂੰ ਮਖਮਲੀ ਸਿਲਕ ਦੇ ਗੱਦਿਆਂ ਉੱਤੇ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਮਾਛੀਵਾੜੇ ਜੰਗਲਾਂ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਅਤੇ ਪਿਆਰਿਓ ਇਹ ਦੋਵੇਂ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਵੀ ਮਾਤਾ ਦੀ ਗੋਦੀ ਦਾ ਆਨੰਦ ਅਤੇ ਨਿੱਘ ਮਾਣ ਰਹੇ। ਕਿਹੜੀ ਗੱਲ ਹੈ ਪਿਆਰਿਓ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ। ਪਿਆਰਿਓ ਦੁਨਿਆਵੀ ਡਰ ਜਿਹੜਾ ਆ ਬੰਦੇ ਨੂੰ ਸਾੜ ਕੇ ਰੱਖ ਦਿੰਦਾ ਹੈ। ਮਹਾਰਾਜ ਜੀ ਕਹਿੰਦੇ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਹਿਆ ਸਮਾਈ। ਜੇ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਡਰ ਔਰ ਹੋਏ ਭਾਗੈ। ਕਬੀਰ ਸਾਹਿਬ ਜੀ ਦਾ ਬਚਨ ਹੈ ਉਹਨਾਂ ਦੀ 52 ਅਖਰੀ ਵਿੱਚੋਂ। ਕਬੀਰ ਸਾਹਿਬ ਜੀ ਕਹਿੰਦੇ, ਪਿਆਰਿਆ ਦੁਨੀਆਂ ਦਾ ਡਰ ਕੀ ਕਰਦਾ ਆ, ਦੁਨਿਆਵੀ ਡਰ ਤੇਰੇ ਅੰਦਰ ਨੂੰ ਹਿਲਾ ਕੇ ਰੱਖ ਦਿੰਦਾ ਆ। ਜੋ ਡਰ ਡਰੈ ਤਾਂ ਫਿਰ ਡਰ ਲਾਗੈ। ਧੰਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੁਨੀਆਂ ਤੋਂ ਤੂੰ ਡਰ ਕੇ ਰਹੇਗਾ ਤੇ ਸਾਰੀ ਉਮਰ ਡਰਦਿਆਂ ਡਰਦਿਆਂ ਇੱਕ ਦਿਨ ਤ੍ਰਭਕ ਤ੍ਰਭਕ ਕਰਕੇ ਤੇਰੇ ਪ੍ਰਾਣ ਨਿਕਲ ਜਾਣਗੇ। ਪਰ ਕਬੀਰ ਸਾਹਿਬ ਕਹਿੰਦੇ, ਤੂੰ ਰੱਬ ਦੇ ਭਾਉ ਆਪਣੇ ਹਿਰਦੇ 'ਚ ਵਸਾ ਲੈ, ਤੂੰ ਪਰਮੇਸ਼ੁਰ ਦਾ ਡਰ ਆਪਣੇ ਹਿਰਦੇ 'ਚ ਵਸਾ ਲੈ। ਸੱਚੀ ਗੱਲ ਗੁਰੂ ਕੇ ਪਿਆਰਿਓ, ਪਰਮੇਸ਼ੁਰ ਦਾ ਭਾਉ ਜਿਹੜਾ ਆ 5 ਅਤੇ 7 ਸਾਲ ਦੇ ਬੱਚਿਆਂ ਨੂੰ ਵੀ ਵਜ਼ੀਦੇ ਦੀ ਕਚਹਿਰੀ ਦੇ ਵਿੱਚ ਖੜਿਆਂ ਰੱਖਦਾ ਹੈ। ਪਿਆਰਿਓ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਜਦੋਂ ਕਲਗੀਧਰ ਸਵਾਮੀ ਜੀ ਹੁਸੈਨ ਖਾਨ ਦੇ ਨਾਲ ਜੰਗ ਚੱਲੀ, ਹੁਸੈਨ ਖਾਨ 10,000 ਦੀ ਫੌਜ ਲੈ ਕੇ ਅਨੰਦਪੁਰ ਸਾਹਿਬ 'ਤੇ ਚੜ੍ਹ ਕੇ ਆਉਂਦਾ ਹੈ। ਜਦੋਂ ਹੁਸੈਨ ਖਾਨ ਚੜ੍ਹ ਕੇ ਆਇਆ ਤਾਂ ਗੁਰੂ ਕੇ ਪਿਆਰਿਓ ਉਸ ਵੇਲੇ ਰਸਤੇ ਦੇ ਵਿੱਚੋਂ ਹੀ ਗੁਰੂ ਕੇ ਸੂਰਮੇ ਭਾਈ ਸੰਗਤੀਆ ਸਿੰਘ ਅਤੇ ਹੋਰ ਗੁਰੂ ਸਾਹਿਬ ਜੀ ਨੇ ਤਕਰੀਬਨ 700 ਘੋੜ ਸਵਾਰ ਭੇਜੇ ਸੀ 10,000 ਦੇ ਮੁਕਾਬਲੇ 'ਤੇ। 700 ਘੋੜ ਸਵਾਰ ਗੁਰੂ ਕੇ ਪਿਆਰਿਓ ਜੰਗ ਚੱਲਦਾ ਆ। ਅਨੰਦਪੁਰ ਸਾਹਿਬ ਪਹੁੰਚਣ ਤੋਂ ਪਹਿਲਾਂ ਮੈਂ ਸੰਖੇਪ ਵਿੱਚ ਬੇਨਤੀ ਕਰਨੀ ਆ, ਇੱਕ ਪਾਸੇ ਭਾਈ ਸੰਗਤੀਆ ਸਿੰਘ ਜਿਹੜਾ ਜਥੇਦਾਰ ਆ ਫੌਜਾਂ ਦਾ ਉਹ ਸ਼ਹੀਦ ਹੋ ਜਾਂਦਾ ਆ, ਅਤੇ ਦੂਸਰੇ ਪਾਸੇ ਗੁਰੂ ਕੇ ਪਿਆਰਿਓ ਹੁਸੈਨ ਖਾਨ ਜਿਹੜਾ ਆ ਉਸ ਨੂੰ ਗੁਰੂ ਕੇ ਸੂਰਮੇ ਝਟਕਾ ਕੇ ਰੱਖ ਦਿੰਦੇ ਆ। ਜਦੋਂ ਆ ਕੇ ਵਧਾਈਆਂ ਦਿੰਦੇ ਆ, ਇੱਕ ਪਾਸੇ ਗੁਰੂ ਕੇ ਪਿਆਰਿਓ ਸੂਰਮੇ ਆਉਂਦੇ ਨੇ ਵਧਾਈਆਂ ਦਿੰਦੇ ਨੇ, ਕਹਿੰਦੇ ਮਹਾਰਾਜ ਆਪ ਜੀ ਦੀ ਫਤਿਹ ਹੋਈ ਹੈ, ਹੁਸੈਨ ਖਾਨ ਨੂੰ ਗੁਰੂ ਕੇ ਖਾਲਸੇ ਨੇ ਝਟਕਾ ਕੇ ਰੱਖ ਦਿੱਤਾ। ਦੂਸਰੇ ਪਾਸੇ ਪਿਆਰਿਓ ਮਾਤਾ ਜੀਤੋ ਜੀ ਉਹ ਆਪਣੇ ਮਹਿਲਾਂ 'ਚ ਨੇ ਅਤੇ ਦਾਈ ਭੱਜ ਕੇ ਮਹਾਰਾਜ ਜੀ ਦੇ ਕੋਲ ਆਉਂਦੀ ਹੈ ਅਤੇ ਉਹ ਦਾਈ ਜਿਹੜੀ ਹੈ ਕਹਿੰਦੇ ਕਲਗੀਆਂ ਵਾਲਿਆ ਵਧਾਈਆਂ ਹੋਣ, ਅੱਜ ਤੇਰੇ ਘਰ ਅੰਦਰ ਇੱਕ ਤੀਸਰੇ ਸਾਹਿਬਜ਼ਾਦੇ ਨੇ ਜਨਮ ਲਿਆ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੌਜਾਂ ਦੇ ਵਿੱਚ ਬੈਠੇ ਸੀ, ਇੱਕ ਪਾਸੇ ਜਕਾਰੇ ਛੱਡ ਹੋ ਰਹੇ ਸੀ ਕਿ ਜੰਗ ਫਤਿਹ ਕਰਕੇ ਆਏ ਹਾਂ, ਦੂਸਰੇ ਪਾਸੇ ਗੁਰੂ ਕੇ ਪਿਆਰਿਓ ਸਿੰਘਾਂ ਨੇ ਸੁਣਿਆ ਕਿ ਮਹਾਰਾਜ ਜੀ ਦੇ ਗ੍ਰਹਿ ਅੱਜ ਤੀਸਰੇ ਸਾਹਿਬਜ਼ਾਦੇ ਨੇ ਜਨਮ ਲਿਆ। ਸਿੰਘ ਜਿਹੜੇ ਆ ਉਹਨਾਂ ਦੀ ਖੁਸ਼ੀ ਸਮਾਈ ਨਹੀਂ ਜਾਂਦੀ,
ਜਕਾਰਿਆਂ ਦੀ ਗੂੰਜ ਨੇ ਅਨੰਦਪੁਰ ਸਾਹਿਬ ਦਾ ਦਰਬਾਰ ਜਿਹੜਾ ਹੈ ਉਹਨੂੰ ਗੁੰਜਾ ਕੇ ਰੱਖ ਦਿੱਤਾ। ਉਸ ਵੇਲੇ ਮਹਾਰਾਜ ਜੀ ਜਿਹੜੇ ਆ, ਮਹਾਰਾਜ ਜੀ ਨੇ ਨੇਤਰ ਮੁੰਦੇ, ਸਿੱਖ ਮਹਾਰਾਜ ਜੀ ਦੇ ਚਿਹਰੇ ਵੱਲ ਤੱਕ ਰਹੇ ਆ। ਅਤੇ ਮਹਾਰਾਜ ਜੀ ਨੇ ਉਸ ਵੇਲੇ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਤਿਮ ਸਤਿਗੁਰ ਨੇ ਨਾਮ ਵਿਚਾਰਾ, ਕਹਿੰਦੇ ਫਿਰ ਸਤਿਗੁਰੂ ਪਾਤਸ਼ਾਹ ਧੰਨ ਕਲਗੀਧਰ ਮਹਾਰਾਜ ਨੇ ਆਪਣੇ ਅੰਦਰ ਵਿਚਾਰ ਕੀਤੀ ਕਿ ਸਾਹਿਬਜ਼ਾਦਾ ਆਇਆ ਹੈ ਇਸ ਦੁਨੀਆਂ ਵਿੱਚ, ਇਸ ਦਾ ਨਾਮ ਕੀ ਰੱਖਿਆ ਜਾਵੇ। ਉਸ ਵੇਲੇ ਗੁਰੂ ਕੇ ਪਿਆਰਿਓ ਕਲਗੀਧਰ ਪਾਤਸ਼ਾਹ ਜੀ ਨੇ ਨੇਤਰ ਮੁੰਦੇ ਹੋਇਆ, ਆਓ ਆਪਾਂ ਵੀ ਦਰਸ਼ਨ ਕਰੀਏ। ਮਹਾਰਾਜ ਜੀ ਨੇਤਰ ਮੁੰਦ ਕੇ ਵਿਚਾਰ ਕਰਦੇ ਆ, ਰਿਪ ਦਲ ਸਗਲ ਦੂਰ ਤੇ ਟਾਰਾ। ਮਹਾਰਾਜ ਜੀ ਕਹਿੰਦੇ ਰਿਪ ਦਲ, ਰਿਪ ਦੇ ਅਰਥ ਨੇ ਵੈਰੀ, ਦਲ ਦੇ ਅਰਥ ਨੇ ਫੌਜ, ਵੈਰੀਆਂ ਦੀ ਫੌਜ ਨੂੰ ਅਕਾਲ ਪੁਰਖ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਵੀ ਨਹੀਂ ਆਉਣ ਦਿੱਤਾ। ਹੁਸੈਨ ਖਾਨ ਜਿਹੜਾ ਉਹ ਰਸਤੇ ਦੇ ਵਿੱਚ ਹੀ ਸਿੰਘਾਂ ਨੇ ਉਹਨੂੰ ਮਾਰ ਦਿੱਤਾ। ਮਹਾਰਾਜ ਜੀ ਨੇ ਫਿਰ ਆਖਿਆ, ਆਏ ਨਾ ਸਕੈ ਅਪਰ ਦਲ ਵਿਚਾਰਿਓ। ਮਹਾਰਾਜ ਨੇ ਵਿਚਾਰ ਕੀਤੀ ਕਿ ਰੱਬ ਦੇ ਹੱਥ ਵਿੱਚ ਇੰਨੀ ਤਾਕਤ ਹੈ ਕਿ ਇਹ ਅਨੰਦਪੁਰ ਸਾਹਿਬ ਤੱਕ ਪਹੁੰਚ ਨਹੀਂ ਸਕੇ, ਹੋਰ ਥਾਂ ਦੇ ਉੱਤੇ ਹੀ ਜਿਹੜੀਆਂ ਫੌਜਾਂ ਹੁਸੈਨ ਖਾਨ ਦੀਆਂ, ਉਹ ਜਿਹੜੀਆਂ ਫੌਜਾਂ ਸੀ ਉਹ ਖਤਮ ਕਰਕੇ ਰੱਖ ਦਿੱਤੀਆਂ। ਮਹਾਰਾਜ ਨੇ ਫਿਰ ਆਖਿਆ, ਤਬ ਜੋਰਾਵਰ ਸਿੰਘ ਨਾਮ ਉਚਾਰਿਓ। ਫਿਰ ਮਹਾਰਾਜ ਨੇ ਆਖਿਆ, ਮੇਰੇ ਤੀਸਰੇ ਸਾਹਿਬਜ਼ਾਦੇ ਦਾ ਨਾਮ ਰੱਖਿਓ ਜੋਰਾਵਰ। ਜੋਰਾਵਰ ਦੇ ਅਰਥ ਨੇ ਜ਼ੋਰ ਦਾ ਘਰ। ਗੁਰੂ ਕੇ ਪਿਆਰਿਓ, ਮਹਾਰਾਜ ਦੇ ਕਦੇ ਢਿੱਲੇ ਮਿੱਠੇ ਪਹਿਰੇ ਨਹੀਂ ਕਲਗੀਆਂ ਵਾਲੇ ਦੇ। ਪੰਘਾਣੀ ਦਾ ਯੁੱਧ ਜਿੱਤਿਆ ਅਤੇ ਬਾਬਾ ਅਜੀਤ ਸਿੰਘ ਨੂੰ ਗੋਦੀ 'ਚ ਲੈ ਕੇ ਕਹਿੰਦੇ ਨੇ, ਭਈ ਜੀਤ ਮੇਰੀ, ਕਿਰਪਾ ਕਾਲ ਕੇਰੀ, ਮੇਰੀ ਜਿੱਤ ਹੋਈ ਹੈ, ਇਸ ਭਜੰਗੀ ਦਾ, ਇਸ ਸਾਹਿਬਜ਼ਾਦੇ ਦਾ ਨਾਂ ਰੱਖੋ ਅਜੀਤ ਸਿੰਘ। ਬਾਬਾ ਜੁਝਾਰ ਸਿੰਘ ਦਾ ਨਾਂ ਰੱਖਿਆ ਜੁਝਾਰ, ਜਿਹੜਾ ਲੱਖਾਂ ਨਾਲ ਵੀ ਜੂਝ ਕੇ ਕਦੇ ਹਾਰ ਨਹੀਂ ਸਕਦਾ। ਬਾਬਾ ਜ਼ੋਰਾਵਰ ਸਿੰਘ ਜੀ ਦਾ ਨਾਮ ਰੱਖਿਆ, ਜਦੋਂ ਹੁਸੈਨ ਖਾਨ ਨੂੰ ਮਾਰ ਦਿੱਤਾ ਸੀ ਅਤੇ ਉਸ ਵੇਲੇ ਕਹਿੰਦੇ ਮੇਰੇ ਜ਼ੋਰਾਵਰ ਦੇ ਵਿੱਚ ਇੰਨਾ ਜ਼ੋਰ ਹੋਵੇਗਾ ਨਾ, ਸਾਰੀ ਦੁਨੀਆਂ ਦੀਆਂ ਤਾਕਤਾਂ ਮੇਰੇ ਜ਼ੋਰਾਵਰ ਨੂੰ ਕਦੇ ਡੁਲਾ ਨਹੀਂ ਸਕਦੀ। ਤਬ ਜ਼ੋਰਾਵਰ ਸਿੰਘ ਨਾਮ ਉਚਾਰਿਆ, ਮੇਰਾ ਇਹ ਤੀਸਰਾ ਸਾਹਿਬਜ਼ਾਦਾ ਇਤਨੇ ਜ਼ੋਰ ਨਾਲ ਭਰਿਆ ਹੋਵੇਗਾ ਕਿ ਇਹਨੂੰ ਕੋਈ ਦੁਨੀਆਂ ਦੀ ਤਾਕਤ ਝੁਕਾ ਨਹੀਂ ਸਕਦੀ। ਖੈਰ ਪਿਆਰਿਓ, ਮੈਂ ਥੋੜ੍ਹਾ ਜਿਹਾ, ਕਿਉਂਕਿ ਅੱਜ ਪੁਰਬ ਹੈ, ਸ਼ਬਦੀ ਵਿਚਾਰ ਚੋਂ ਆਪਾਂ ਖਿੰਨ ਮਾਤਰ ਨਿਕਲੇ ਹਾਂ, ਪਰ ਜ਼ਰੂਰੀ ਹੈ। ਅੱਜ ਕਲਗੀਆਂ ਵਾਲੇ ਦੇ ਘਰ ਅੰਦਰ ਵਧਾਈਆਂ ਨੇ। ਪਿਆਰਿਓ, ਚੌਥਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਆਗਮਨ ਹੋਇਆ। ਉਸ ਤੋਂ ਉਪਰੰਤ ਬਾਬਾ ਫਤਿਹ ਸਿੰਘ ਜੀ ਦੀ ਉਮਰ ਉਸ ਵੇਲੇ ਦੱਸਦੇ ਨੇ ਕਿ ਤਕਰੀਬਨ ਸਾਲ ਕੁ ਦੀ ਸੀ ਜਦੋਂ ਮਾਤਾ ਜੀਤੋ ਜੀ ਚੜ੍ਹਾਈ ਕਰ ਜਾਂਦੇ ਆ। ਮਾਤਾ ਜੀਤੋ ਜੀ ਨੇ ਜਦੋਂ ਚੜ੍ਹਾਈ ਕੀਤੀ ਅਤੇ ਇਤਿਹਾਸਕਾਰ ਲਿਖਦੇ ਆ ਕਿ ਮਾਤਾ ਗੁਜਰੀ ਜੀ ਨੇ ਇਹਨਾਂ ਸਾਹਿਬਜ਼ਾਦਿਆਂ ਨੂੰ, ਛੋਟਿਆਂ ਨੂੰ ਆਪਣੇ ਕੋਲ ਹੀ ਹਰ ਵੇਲੇ ਆਪਣੇ ਕੋਲ ਰੱਖਣਾ। ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਹ ਲਿਖਿਆ ਆ ਕਿ ਮਾਤਾ ਗੁਜਰੀ ਜੀ ਨੇ ਜਿਹੜਾ ਮਾਂ ਦਾ ਸਾਰਾ ਰੋਲ ਸੀ ਨਿਭਾਇਆ। ਇੱਥੋਂ ਤੱਕ ਪਿਆਰਿਓ, ਰਾਤ ਨੂੰ ਵੀ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਪਾਉਣਾ, ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ, ਅਤੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਹਾਡੇ ਸਿਰ ਦੇ ਉੱਤੇ ਮਾਂ ਦਾ ਪਿਆਰ ਨਾ। ਪਿਆਰਿਓ, ਸਮਾਂ ਚੱਲਦਾ ਗਿਆ, ਆਪ ਜੀ ਜਾਣਦੇ ਹੋ 1704 ਦੇ ਵਿੱਚ ਸਰਸਾ ਨਦੀ ਉੱਤੇ
ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜਦਾ ਆ। ਇੱਕ ਪਾਸੇ ਕਲਗੀਧਰ ਸਵਾਮੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਦੂਸਰੇ ਪਾਸੇ ਮਾਤਾ ਗੁਜਰੀ ਜੀ। ਅਤੇ ਪਿਆਰਿਓ, ਮੈਂ ਬੇਨਤੀ ਕਰਾਂ, ਜਦੋਂ ਮਾਤਾ ਜੀਤੋ ਜੀ ਚੜ੍ਹਾਈ ਕਰ ਜਾਂਦੇ ਆ ਨਾ, ਉਸ ਦਿਨ ਵੀ ਮਾਤਾ ਗੁਜਰੀ ਜੀ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਆਪਣੀ ਗੋਦ ਦਾ ਨਿੱਘ ਦਿੱਤਾ। ਜਦੋਂ ਪਿਆਰਿਓ ਸਰਸਾ ਦਾ ਵਿਛੋੜਾ ਹੁੰਦਾ ਆ, ਉਦੋਂ ਵੀ ਆਪਣੇ ਅੱਖੋਂ ਪਰੋਖੇ ਨਹੀਂ ਕੀਤਾ ਸਾਹਿਬਜ਼ਾਦਿਆਂ ਨੂੰ, ਉਦੋਂ ਵੀ ਆਪਣੀ ਗੋਦੀ ਦੇ ਅੰਦਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਘੁੱਟ ਕੇ ਆਪਣੇ ਛਾਤੀ ਨਾਲ ਲਾਇਆ। ਅਤੇ ਕਿਹੋ ਜਿਹੀ ਉਸ ਮਾਂ ਦੀ ਗੋਦ ਦਾ ਨਿੱਘ ਸੀ, ਜਦੋਂ ਠੰਡੇ ਬੁਰਜ ਦੇ ਅੰਦਰ ਬੈਠੇ ਸੀ, ਉਦੋਂ ਵੀ ਮਾਂ ਦੀ ਗੋਦ ਦੇ ਨਿੱਘ ਨੇ ਇਹਨਾਂ ਸਾਹਿਬਜ਼ਾਦਿਆਂ ਨੂੰ ਠੰਡੀ ਪੋਹ ਦੀ ਰਾਤ ਤੋਂ ਬਚਾ ਕੇ ਰੱਖਿਆ। ਮਾਤਾ ਗੁਜਰੀ ਜੀ ਦੀ ਜਿਹੜੀ ਕਹਾਣੀ ਹੈ, ਜਿਹੜੀ ਉਹਨਾਂ ਦੀ ਜੀਵਨ ਦੀ ਕਥਾ ਹੈ ਨਾ, ਅਲੌਕਿਕ ਹੈ ਦੁਨੀਆ ਤੋਂ। ਖੈਰ ਪਿਆਰਿਓ, ਮੈਂ ਸਾਹਿਬਜ਼ਾਦਿਆਂ ਉੱਤੇ ਕੇਂਦਰਿਤ ਰਹਿਣਾ ਹੈ। ਆਸਾ ਕੀ ਵਾਰ ਜਦੋਂ ਹੁੰਦੀ ਹੈ ਨਾ ਸਰਸਾ ਨਦੀ ਦੇ ਕੰਢੇ 'ਤੇ, ਅਤੇ ਗੁਰੂ ਕੇ ਪਿਆਰਿਓ ਉਸ ਵੇਲੇ ਯੋਗੀ ਅੱਲਾ ਯਾਰ ਖਾਨ ਲਿਖਦੇ ਆ, ਥਾ ਵਕਤ ਸਰ ਪੇ ਆ ਗਿਆ ਆਸਾ ਕੀ ਵਾਰ ਕਾ ਸਾਜ਼ੋ ਕੇ ਜ਼ੀਰੋ ਬੰਮ ਕਾ, ਅਤੇ ਭਜਨ ਪਰਵਰਦਿਕਾਰ ਕਾ ਕਲਗੀ ਧਰ ਕੇ ਦਿਲ ਕਾ ਮਨਸ਼ਾ ਥਾ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੈ ਕਿਰਦਗਾਰ ਕਾ। ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰਬਾਣੀ ਕੋ ਬੜਨਾ ਜ਼ਰੂਰ ਸਰੂਰ ਥਾ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਅਖੀਰਲੀ ਵਾਰ, ਦੁਨਿਆਵੀ ਤੌਰ 'ਤੇ ਮੈਂ ਕਹਿ ਰਿਹਾ, ਦੁਨਿਆਵੀ ਤੌਰ 'ਤੇ ਅਖੀਰਲੀ ਵਾਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਗੌਹ ਨਾਲ ਤੱਕਦੇ ਆ, ਅਤੇ ਆਖਰੀ ਮੇਲੇ ਸੀ ਦੁਨਿਆਵੀ ਤੌਰ 'ਤੇ ਆਸਾ ਕੀ ਵਾਰ ਦੇ ਕੀਰਤਨ ਵਿੱਚ। ਫਿਰ ਪਿਆਰਿਓ, ਪਰਿਵਾਰ ਵਿਛੜਦਾ ਆਪ ਜੀ ਜਾਣਦੇ ਹੋ, ਮੈਂ ਲੰਬੇਰੀ ਗੱਲ ਨਹੀਂ ਕਰਨੀ। ਇਹ ਮੁਰਿੰਡੇ ਪਹੁੰਚਦੇ ਆ, ਗੰਗੂ ਬੇਈਮਾਨ ਹੋ ਜਾਂਦਾ ਆ। ਅਤੇ ਪਿਆਰਿਓ, ਮੈਂ ਬੇਨਤੀ ਕਰਾਂ, ਇਹ ਚੰਦਰੀ ਮਾਇਆ ਆ, ਇਹ ਧਰਮੀ ਬੰਦੇ ਨੂੰ ਵੀ ਅਧਰਮੀ ਬਣਾ ਦਿੰਦੀ। ਅੱਜ ਸਵੇਰੇ ਹੁਕਮਨਾਮਾ ਆਇਆ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤਨਾਇਆ। ਪਿਆਰਿਓ, ਇੱਕ ਪਾਸੇ ਇੱਕ ਥੈਲੀ ਜਿਹੜੀ ਆ ਮੋਹਰਾਂ ਦੀ, ਉਸ ਨੇ ਗੰਗੂ ਨੂੰ ਬੇਈਮਾਨ ਬਣਾ ਦਿੱਤਾ। ਇੱਕ ਪਾਸੇ ਗੁਰੂ ਕੇ ਪਿਆਰਿਓ ਦੁਨਿਆਵੀ ਡਰ, ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੁਨੀਆਂ ਤੋਂ ਡਰਨ ਵਾਲੇ ਬੇਈਮਾਨ ਹੋ ਜਾਂਦੇ ਆ, ਦੁਨੀਆਂ ਤੋਂ ਡਰਨ ਵਾਲੇ ਲੋਭੀ ਹੋ ਜਾਂਦੇ ਆ, ਦੁਨੀਆਂ ਤੋਂ ਡਰਨ ਵਾਲੇ ਜਿਹੜੇ ਆ ਉਹ ਗੁਰੂ ਦੇ ਲਾਲਾਂ ਨੂੰ ਵੀ ਵੇਚ ਦਿੰਦੇ ਆ। ਪਰ ਪਿਆਰਿਓ, ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਨਾਮ ਵਸਿਆ, ਉਹ 7 ਸਾਲ ਦਾ ਯੋਧਾ ਵੀ ਨੀਹਾਂ ਦੇ ਵਿੱਚ ਖੜਾ ਹੋਇਆ ਜਕਾਰੇ ਛੱਡਦਾ। ਪਿਆਰਿਓ, ਇਹ ਬਾਬਾ ਜ਼ੋਰਾਵਰ ਸਿੰਘ ਬਾਰੇ ਮੇਰੇ ਖਿਆਲ, ਕਿਉਂਕਿ ਜਦੋਂ ਵੀ ਮੈਂ ਕਈ ਵਾਰੀ ਬੇਨਤੀ ਕੀਤੀ ਆ ਗੁਰਬਾਣੀ ਦਾ ਸ਼ਬਦ ਆਵੇ ਨਾ, ਅਤੇ ਇਹ ਨਾ ਸਮਝਣਾ ਕਿ ਪਤਾ ਨਹੀਂ ਅਚਾਨਕ ਆ ਗਿਆ। ਜਦੋਂ ਵੀ ਦਿਲ ਦੇ ਅੰਦਰ ਇੱਕ ਤੋਕ ਆਉਂਦੀ ਆ, ਕਈ ਵਾਰੀ ਸਾਡੇ ਦਿਲ ਦੇ ਅੰਦਰ ਇੱਕ ਤੋਕ ਆਉਂਦੀ ਆ ਨਾ, ਜ਼ੁਬਾਨ ਦੇ ਉੱਤੇ ਆਪ ਮੁਹਾਰੇ ਇੱਕ ਤੋਕ ਆ ਜਾਂਦੀ ਗੁਰਬਾਣੀ ਦੀ। ਪਿਆਰਿਓ, ਮਹਾਂਪੁਰਖ ਕਹਿੰਦੇ ਹੁੰਦੇ ਸੀ ਜਦੋਂ ਮਨ ਦੇ ਵਿੱਚ ਗੁਰਬਾਣੀ ਦੀ ਤੋਕ ਆਵੇ ਨਾ, ਅਤੇ ਇਹ ਸਮਝਣਾ ਕਿ ਗੁਰੂ ਗੋਬਿੰਦ ਸਿੰਘ ਤੁੱਕ ਭੇਜ ਰਹੇ, ਅਤੇ ਉਸ ਤੁੱਕ ਨੂੰ ਵਿਚਾਰੋ, ਉਸ ਤੁੱਕ ਨੂੰ ਵਾਰ ਵਾਰ ਪੜ੍ਹੋ। ਅਤੇ ਪਿਆਰਿਓ, ਜਿਹੜਾ ਸ਼ਬਦ ਰਾਗੀ ਸਿੰਘ ਪੜ੍ਹ ਰਿਹਾ ਨਾ ਜਦੋਂ ਦਰਬਾਰ 'ਚ ਆਉਂਦੇ ਹਾਂ, ਉਹ ਇਹ ਨਾ ਸਮਝੀਏ ਕਿ ਰਾਗੀਆਂ ਨੇ ਪਹਿਲਾਂ ਅਭਿਆਸ ਕੀਤਾ ਹੁੰਦਾ ਜੀ ਉਹ ਸ਼ਬਦ ਪੜ੍ਹਿਆ, ਨਹੀਂ। ਕੌਣ ਹੁੰਦਾ ਹੈ ਗੁਰੂ ਦੀ ਬਾਣੀ ਨੂੰ ਕੋਈ ਗਾਉਣ ਵਾਲਾ, ਇਹ ਤਾਂ ਆਪ ਗਾਵਾਏ। ਸੋ ਹਰ ਗੁਣ ਗਾਓ, ਜਿਹੜੀ ਕਥਾ ਚੱਲ ਰਹੀ ਹੁੰਦੀ ਹੈ, ਜਿਹੜਾ ਕੀਰਤਨ ਚੱਲ ਰਿਹਾ ਹੁੰਦਾ ਆ, ਜਿਹੜਾ ਪਾਠ ਚੱਲਦਾ ਹੁੰਦਾ ਦਰਬਾਰ ਦੇ ਵਿੱਚ,
ਅਸੀਂ ਇਹ ਸਮਝੀਏ ਮਨਾ ਤੈਨੂੰ ਬੁਲਾ ਰਹੇ ਨੇ ਗੁਰੂ ਸਾਹਿਬ, ਆਪਣੇ ਮਨ ਨੂੰ ਕਹੀਏ। ਖੈਰ ਪਿਆਰਿਓ, ਮੈਂ ਫਿਰ ਕੇਂਦਰਿਤ ਹੋਵਾਂ ਇੱਕ ਪਾਸੇ, ਜਿਹੜਾ ਦੁਨਿਆਵੀ ਡਰ ਦੇ ਵਿੱਚ ਗ੍ਰਸਿਆ ਹੋਇਆ ਆ ਉਹ ਕਹਿ ਰਿਹਾ ਆ ਕਿ ਜੋ ਮਰਜ਼ੀ ਹੋ ਜਾਏ ਮੈਂ ਇਹਨਾਂ ਸਾਹਿਬਜ਼ਾਦਿਆਂ ਨੂੰ ਫੜਾਉਣਾ ਹੀ ਹੈ। ਇੱਕ ਪਾਸੇ ਗੁਰੂ ਕੇ ਪਿਆਰਿਓ ਮਾਤਾ ਗੁਜਰੀ ਜੀ ਆਪਣੀ ਗੋਦ ਵਿੱਚ ਸਾਹਿਬਜ਼ਾਦਿਆਂ ਨੂੰ ਲੈ ਕੇ, ਹੁਣ ਬੱਚਿਓ ਹੋਣਾ ਉਹੀ ਹੈ ਜੋ ਰੱਬ ਨੂੰ ਪਾਉਂਦਾ ਹੈ। ਖੈਰ ਮੈਂ ਅੱਜ ਰਾਤ ਦੇ ਦੀਵਾਨ ਦੇ ਵਿੱਚ ਜ਼ਿਆਦਾ ਇੱਕ ਇੱਕ ਜਿਹੜਾ ਪਹਿਲੂ ਰੱਖਾਂਗਾ ਸੰਗਤ ਦੇ ਸਾਹਮਣੇ, ਅੱਜ ਸ਼ਬਦ ਦੀ ਵਿਚਾਰ ਵੀ ਜ਼ਰੂਰੀ ਹੈ। ਖੈਰ ਪਹੁੰਚਦੇ ਨੇ ਮੁਰਿੰਡੇ, ਮੁਰਿੰਡਿਓਂ ਫਿਰ ਗੁਰੂ ਕੇ ਪਿਆਰਿਓ ਸਾਹਿਬਜ਼ਾਦੇ ਪਹੁੰਚਦੇ ਨੇ ਠੰਡੇ ਬੁਰਜ ਦੇ ਵਿੱਚ। ਜਦੋਂ ਠੰਡੇ ਬੁਰਜ ਦੇ ਵਿੱਚ ਪਹੁੰਚਦੇ ਹਾਂ ਤਾਂ ਉਸ ਵੇਲੇ ਗੁਰੂ ਕੇ ਪਿਆਰਿਓ ਪੋਹ ਦੀ ਇੱਕ ਕੱਕਰ ਦੀ ਕਕਰੀਲੀ ਰਾਤ ਹੈ, ਮਾਂ ਨੇ ਆਪਣੀ ਗੋਦ ਵਿੱਚ ਬੱਚਿਆਂ ਨੂੰ ਲਿਆ ਆ ਅਤੇ ਸੂਬੇ ਨੇ ਪਹਿਲਾਂ ਹੀ ਹੁਕਮ ਦਿੱਤਾ ਸੀ ਕਿ ਇਹਨਾਂ ਨੂੰ ਖਾਣ ਪੀਣ ਲਈ ਕੁਝ ਨਾ ਦਿੱਤਾ ਜਾਵੇ। ਅਤੇ ਅਸੀਂ ਪੜ੍ਹਦੇ ਹਾਂ ਸੁਣਦੇ ਵੀ ਹਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੁੱਧ ਲੈ ਕੇ ਆਉਂਦੇ ਆ, ਦੁੱਧ ਲੈ ਕੇ ਆਉਂਦੇ ਆ ਅਤੇ ਉਸ ਵੇਲੇ ਮਾਤਾ ਜੀ ਕਹਿੰਦੇ ਕਿ ਕੌਣ ਹੈ? ਮੋਤੀ ਰਾਮ ਕਹਿੰਦਾ ਮੇਰੇ ਕੋਲ ਮਾਤਾ ਜੀ ਹੋਰ ਕੁਝ ਨਹੀਂ। ਮਾਤਾ ਜੀ ਸੂਬੇ ਨੇ ਕਿਹਾ ਆ ਜਿਹੜਾ ਇਹਨਾਂ ਬੱਚਿਆਂ ਨੂੰ, ਜਿਹੜਾ ਗੁਰੂ ਗੋਬਿੰਦ ਸਿੰਘ ਦੀ ਮਾਤਾ ਨੂੰ ਕੁਝ ਵੀ ਛਕਣ ਨੂੰ ਦਏਗਾ ਉਸ ਦਾ ਘਾਣ ਬੱਚਾ ਜਿਹੜਾ ਪੀੜ ਦਿੱਤਾ ਜਾਏਗਾ। ਮੋਤੀ ਰਾਮ ਮਹਿਰਾ ਕਹਿੰਦਾ ਮਾਤਾ ਮੇਰਾ ਕੱਖ ਨਾ ਰਹੇ ਮੈਨੂੰ ਕੋਈ ਪਰਵਾਹ ਨਹੀਂ, ਪਰ ਅੱਜ ਇਹਨਾਂ ਬੱਚਿਆਂ ਨੂੰ ਮੈਂ ਭੁੱਖ ਦੀ ਨੀਂਦੇ ਸੌਂਦਿਆਂ ਦੇਖ ਨਹੀਂ ਸਕਦਾ। ਮਾਂ ਮੈਂ ਆਪਣੇ ਘਰ ਤੋਂ ਦੁੱਧ ਲੈ ਕੇ ਆਇਆ ਹਾਂ, ਮੁਗਲਾਂ ਦੇ ਖਾਤਿਆਂ 'ਚੋਂ ਕੁਝ ਨਹੀਂ, ਮੈਂ ਆਪਣੇ ਘਰੋਂ ਇਹ ਸੁੱਚਾ ਆਪ ਜੀ ਵਾਸਤੇ ਦੁੱਧ ਲੈ ਕੇ ਆਇਆ। ਇੱਕ ਕੰਮ ਕਰਿਓ ਮਾਤਾ ਜੀ, ਆਪ ਦੁੱਧ ਛਕੋ, ਇਹਨਾਂ ਬੱਚਿਆਂ ਨੂੰ ਦੁੱਧ ਛਕਾਓ। ਏਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੁਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ। ਮੋਤੀ ਰਾਮ ਦੇ ਅੰਦਰ ਗੁਰੂ ਦਾ ਨਾਮ ਵਸਿਆ ਹੋਇਆ ਸੀ, ਦੁਨੀਆਂ ਦੇ ਭੈ ਖਤਮ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਗੁਰੂ ਕੇ ਪਿਆਰਿਓ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨੀ ਡਿਗਰੀ ਦਾ ਨਾਮ ਨੀ, ਗਿਆਨੀ ਭੇਸ ਦਾ ਨਾਮ ਨੀ, ਪਿਆਰਿਓ ਗਿਆਨੀ ਉਹ ਹੈ ਗੁਰੂ ਘਰ ਦੇ ਅੰਦਰ ਜਿਹਦੇ ਅੰਦਰ ਗੁਰੂ ਦੇ ਪੈ ਤੋਂ ਬਿਨਾਂ ਕਿਸੇ ਹੋਰ ਦਾ ਪੈ ਵਸ ਨਹੀਂ ਸਕਦਾ। ਪਿਆਰਿਓ ਆਪ ਜਾਣਦੇ ਹੋ ਮੋਤੀ ਰਾਮ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਜਾਂਦਾ ਆ। ਖੈਰ ਮੈਂ ਥੋੜ੍ਹਾ ਜਿਹਾ ਜੋ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨਾਲ ਬਤੀਤ ਹੁੰਦਾ ਆ ਅਤੇ ਜੋ ਸਾਡੇ ਇਤਿਹਾਸਕਾਰ ਸੁਣਾਉਂਦੇ ਨੇ, ਕਿਉਂਕਿ ਜੋ ਪ੍ਰਚਲਿਤ ਹੋ ਗਿਆ ਜ਼ਿਆਦਾ ਉਹ ਸੁਣਾਉਂਦੇ ਆ। ਇੱਕ ਪੁਰਾਣੀ ਸਾਹਿਬਜ਼ਾਦਿਆਂ ਦੇ ਬਾਰੇ ਲਿਖਤ ਹੈ, ਉਹਨੂੰ ਕਹਿੰਦੇ ਕਥਾ ਗੁਰੂ ਸੁੱਤਨ ਕੀ, ਅਤੇ ਉਸ ਨੂੰ ਲਿਖਿਆ ਹੈ ਇੱਕ ਕਵੀ ਹੈ, ਕਵੀ ਡੂਨਾ ਸਿੰਘ ਡੱਡੇ ਦੇ ਨਾਲ। ਜੇ ਆਪ ਜੀ ਨੇ ਪੜ੍ਹਨਾ ਹੋਵੇ, ਪਿਆਰਾ ਸਿੰਘ ਪਦਮ ਨੇ ਇੱਕ ਪੁਸਤਕ ਲਿਖੀ ਸੀ ਚਾਰ ਸਾਹਿਬਜ਼ਾਦੇ, ਉਹਦੇ ਵਿੱਚ ਇਹ ਕਥਾ ਗੁਰੂ ਸੁੱਤਨ ਕੀ ਆਉਂਦੀ ਹੈ। ਅਤੇ ਪਿਆਰਿਓ ਸਾਹਿਬਜ਼ਾਦਿਆਂ ਨੂੰ ਪੇਸ਼ੀ ਹੁੰਦੀ ਹੈ ਅਤੇ ਪਹਿਲੇ ਦਿਨ ਅਸੀਂ ਜਾਣਦੇ ਹਾਂ ਕਿ ਦਰਵਾਜ਼ੇ ਜਿਹੜੇ ਆ ਉਹ ਨੀਵੇਂ, ਛੋਟਾ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਕਹਿੰਦਾ ਵੀਰ ਆਹ ਵੇਖੋ ਚਲਾਕੀਆਂ ਕਰਦੇ ਪਏ ਆ ਹਾਕਮ। ਪਰ ਪਿਆਰਿਓ ਮੈਂ ਕਹਿੰਦਾ ਅਸੀਂ ਸਿਆਣਪਾਂ ਕਰ ਕਰਕੇ ਥੱਕ ਗਏ ਹਾਂ, ਗੁਰੂ ਦੇ ਅੱਗੇ ਮੱਥਾ ਟੇਕਦੇ ਹੀ ਨਾ ਇਹੋ ਜਿਹੇ ਬੁੱਧ ਬਖਸ਼ ਦੇਣਗੇ ਜਿਸ ਬੁੱਧ ਦੇ ਅੱਗੇ ਸਾਰੀ ਦੁਨੀਆ ਝੁੱਕ ਜਾਏਗੀ।
ਸਾਹਿਬਜ਼ਾਦਿਆਂ ਦੀ ਉਮਰ ਕੀ ਹੈ ਜੀ ਬਾਹਰਲੀ? 5 ਸਾਲ ਅਤੇ 7 ਸਾਲ? ਅਤੇ ਪਿਆਰਿਓ ਇਹੋ ਜਿਹੇ ਬੁੱਧ ਪਿਆਰਿਓ ਅਸੀਂ ਕਹਿੰਦੇ ਹਾਂ ਦੁਨੀਆਂ ਦਾ ਬੜਾ ਪੜ੍ਹਿਆ ਲਿਖਿਆ ਬੰਦਾ, ਆਹ ਬੜਾ ਪੜ੍ਹਿਆ ਜੀ, ਉਹ ਬੜਾ ਪੜ੍ਹਿਆ ਆ। ਪਿਆਰਿਓ ਮੈਂ ਕਹਿੰਦਾ ਜਿਹਨੇ ਇੱਕ ਅੱਖਰ ਪੜ੍ਹ ਲਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਆਪਣੇ ਹਿਰਦੇ 'ਚ ਵਸਾ ਲਿਆ, ਉਹਦੇ ਵਰਗਾ ਕੋਈ ਹੋਰ ਨਹੀਂ। ਪੜ੍ਹਿਆ ਹੋਵੇ ਗੁਨਹਗਾਰ ਤਾਂ ਉਮੀ ਸਾਧਨਾ ਮਾਰੀਆ। ਖੈਰ, ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਫਤਿਹ ਸਿੰਘ ਜੀ ਦੇਖੋ ਇਹ ਚਲਾਕੀਆਂ ਖੇਡਦੇ ਨੇ ਮੁਗਲ। ਅਤੇ ਉਸ ਵੇਲੇ ਬਾਬਾ ਫਤਿਹ ਸਿੰਘ ਜੀ ਨੇ ਨਿੱਕਾ ਜਿਹਾ ਜੋੜਾ ਟਿੱਲੇਦਾਰ ਜਿਹੜੀ ਚਰਨ ਦਾਸੀ ਪਾਈ ਹੋਈ ਸੀ ਉਹ ਸਾਹਮਣੇ ਕੀਤੀ ਸੀਸ ਪਿਛਾਂਹ ਨੂੰ ਕਰਕੇ ਅਤੇ ਅੰਦਰ ਆਣ ਕੇ ਗੱਜ ਕੇ ਫਤਿਹ ਗਜਾਈ। ਇਹੋ ਜਿਹੀ ਫਤਿਹ ਗਜਾਈ ਸਾਰੇ ਪਾਸੇ ਧੁੰਮਾਂ ਪੈ ਗਈਆਂ। ਅਤੇ ਅਸੀਂ ਕਈ ਵਾਰੀ ਕਹਿੰਦੇ ਫਤਿਹ ਕਿਹਨਾਂ ਨੂੰ ਬੁਲਾਈ? ਦੋਵੇਂ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਵੱਲ ਮੁੱਖ ਕਰਕੇ ਅਤੇ ਗੱਜ ਕੇ ਉਸ ਵੇਲੇ ਫਤਿਹ ਬੁਲਾਈ। ਵਜ਼ੀਰ ਖਾਨ ਨੇ ਪੁੱਛਿਆ, ਕਹਿੰਦੇ ਬੱਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਨਹੀਂ ਜਿੱਥੇ ਫਤਿਹ ਬੁਲਾਈ ਜਾਏਗੀ? ਬਾਬਾ ਜ਼ੋਰਾਵਰ ਸਿੰਘ ਨੇ ਗੜਕ ਕੇ ਆਖਿਆ, ਉਹ ਵਜੀਦਿਆ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਲਾਲ ਇੱਕ ਵਾਰੀ ਫਤਿਹ ਗਜਾ ਦੇਣ ਉਸ ਧਰਤੀ ਤੋਂ ਸਦੀਆਂ ਤੱਕ ਅਨੰਤ ਕਾਲ ਤੱਕ ਫਤਿਹ ਦੀਆਂ ਗੂੰਜਾਂ ਹੀ ਪੈਂਦੀਆਂ ਰਹਿਣਗੀਆਂ। ਕਹਿੰਦੇ ਤੇਰੀ ਸਲਾਮ ਜਿਹੜੀ ਆ ਉਹ ਮਿੱਟੀ ਹੋ ਜਾਣੀ ਆ ਤੇਰੇ ਵਾਂਗ, ਸਾਡੀ ਫਤਿਹ ਜਿਹੜੀ ਆ ਇਸ ਥਾਂ 'ਤੇ ਗੂੰਜਦੀ ਰਹੇਗੀ। ਖੈਰ ਪਿਆਰਿਓ, ਅੱਜ ਵੀ ਉਸ ਅਸਥਾਨ ਦਾ ਨਾਮ ਫਤਿਹਗੜ੍ਹ ਹੈ। ਜਦੋਂ ਸਵੇਰੇ ਜਾਂਦੇ ਹਾਂ ਆਸਾ ਕੀ ਵਾਰ ਦੀ ਸਮਾਪਤੀ ਹੁੰਦੀ ਆ ਅਤੇ ਸਿੰਘ ਗੱਜ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਦੋਂ ਕਥਾ ਦੀ ਸਮਾਪਤੀ ਹੁੰਦੀ ਆ ਫਿਰ ਫਤਿਹ ਦੀ ਗੂੰਜ ਪੈਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਰਦਾਸ ਤੋਂ ਬਾਅਦ ਫਿਰ ਗੂੰਜਾਂ ਪੈਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵਨਾ ਵਾਲਿਓ, ਉਸ ਅਸਥਾਨ 'ਤੇ ਜਾ ਕੇ ਜਦੋਂ ਫਤਿਹ ਬੁਲਾਈਏ ਨਾ ਅਤੇ ਇਹ ਨਾ ਸਮਝੀਏ ਕਿ ਅਰਦਾਸੀਆ ਬੁਲਾ ਰਿਹਾ ਆ, ਰਾਗੀ ਸਿੰਘ ਬੁਲਾ ਰਿਹਾ, ਕਥਾਵਾਚਕ ਬੁਲਾ ਰਿਹਾ। ਉਸ ਵੇਲੇ ਭਾਵਨਾ ਨਾਲ ਜਾਇਓ, ਸ਼ਾਇਦ ਸਾਡੇ ਕੰਨਾਂ ਵਿੱਚ ਉਹਨਾਂ ਦੋਵਾਂ ਸਾਹਿਬਜ਼ਾਦਿਆਂ ਦੀ ਨੰਨੀ ਆਵਾਜ਼ ਪੈ ਜਾਏਗੀ, ਪਰ ਭਾਵਨਾ ਨਾਲ ਕੋਈ ਟਾਵਾਂ ਟਾਵਾਂ ਜਾਂਦਾ। ਮੈਂ ਬੇਨਤੀ ਕਰਾਂ ਪਿਆਰਿਓ, ਇਹ ਅਸਥਾਨ ਇਹੋ ਜਿਹੇ ਨੇ ਪੱਥਰ ਦਿਲ ਨੂੰ ਵੀ ਕੰਬਾ ਕੇ ਰੱਖ ਦਿੰਦੇ ਆ। ਖੈਰ ਪਿਆਰਿਓ, ਦਾਸਤਾਨ ਲੰਬੀ ਹੈ, ਮੈਂ ਬੇਨਤੀ ਜਿਹੜੀ ਆ ਸੰਖੇਪ 'ਚ ਕਰਾਂ। ਗੱਜ ਕੇ ਫਤਿਹ ਬੁਲਾਉਂਦੇ ਆ, ਉਸ ਦਰਬਾਰ ਦੇ ਅੰਦਰ ਇੱਕ ਹੋਰ ਡਰਪੋਕ ਹੈ ਦੁਨਿਆਵੀ, ਜਿਹਨੂੰ ਅਸੀਂ ਝੂਠਾ ਆਨੰਦ ਕਹਿੰਦੇ ਆ, ਸੁੱਚਾ ਆਨੰਦ ਨਾਮ ਹੈ। ਅਤੇ ਪਿਆਰਿਓ, ਇਹਨਾਂ ਨੂੰ ਤਸੀਹੇ ਦੇਣ ਤੋਂ ਪਹਿਲਾਂ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਹਿਬਜ਼ਾਦਿਆਂ ਨੇ ਆਖਿਆ ਉਹਾ ਪ੍ਰੇਮ ਪ੍ਰੀ ਕਣਕ ਮਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ ਰਾਜ ਨਾ ਸਾਧਨਾ ਹੁਕਮ ਰਾਜ ਨਾ ਭਾਗ ਨਾ ਹੁਕਮ ਨਾ ਸਾਧਨਾ ਕਿਚ ਕਿਚ ਨਾ ਚਾਹੀ। ਸਾਹਿਬਜ਼ਾਦੇ ਕਹਿੰਦੇ ਸਾਨੂੰ ਰਾਜ ਨਹੀਂ ਚਾਹੀਦਾ, ਰਾਜ ਸਾਡੇ ਅੰਦਰ ਆ, ਜਿਹੜਾ ਸਾਡਾ ਅੰਦਰਲਾ ਰਾਜ ਆ ਤੁਸੀਂ ਉਹ ਜਰਵਾਣਿਓ ਖੋਹ ਨਹੀਂ ਸਕਦੇ। ਕਹਿੰਦੇ ਸਾਨੂੰ ਤਾਜ ਨਹੀਂ ਚਾਹੀਦਾ, ਸਾਡੇ ਸਿਰ ਦੇ ਉੱਤੇ ਕਲਗੀਆਂ ਵਾਲਾ ਦੇ ਦਸਤਾਰਾਂ ਸੋਭਦੀਆਂ ਆ। ਕਹਿੰਦੇ ਸਾਨੂੰ ਹੋਰ ਕੋਈ ਸਵਾਦ ਦੁਨੀਆਂ ਦੇ ਨਹੀਂ ਚਾਹੀਦੇ, ਸਾਡੇ ਅੰਦਰ ਗੁਰੂ ਦਾ ਅੰਮ੍ਰਿਤ ਰਸ ਵਸਿਆ ਹੋਇਆ ਹੈ, ਖੰਡੇ ਬਾਟੇ ਦੀ ਪੌਲ ਛੱਕ ਕੇ ਸਾਡੇ ਰਗ ਰਗ ਦੇ ਵਿੱਚ ਨਾਮ ਦੀ ਸੁਗੰਧੀ ਅਤੇ ਨਾਮ ਦਾ ਸਵਾਦ ਪੈ ਰਿਹਾ ਆ। ਨਾ ਸਾਨੂੰ ਰਾਜ ਚਾਹੀਦਾ ਆ, ਨਾ ਸਾਨੂੰ ਤਾਜ ਚਾਹੀਦਾ ਆ, ਨਾ ਸਾਨੂੰ ਸਵਾਦ ਚਾਹੀਦਾ ਆ, ਚਾਹੀਦੀ ਤਾਂ ਕੇਵਲ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਦਾਦੇ ਦੀ ਗੋਤ ਆ, ਹੋਰ ਕੁਛ ਨਹੀਂ ਚਾਹੀਦਾ। ਖੈਰ ਪਿਆਰਿਓ, ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤਾ ਜਾਂਦਾ ਆ ਪਰ ਸਾਹਿਬਜ਼ਾਦੇ ਮੰਨਦੇ ਨਹੀਂ ਅਤੇ ਝੂਠਾ ਆਨੰਦ। ਮੈਂ ਕਹਿੰਦਾ ਪਿਆਰਿਓ, ਜਿਹੜਾ ਦੁਨੀਆਂ ਦੇ ਬਾਦਸ਼ਾਹਾਂ ਤੋਂ ਡਰਦਾ ਹੈ ਨਾ
ਉਹਦੇ ਅੰਦਰ ਸਦਾ ਵਾਸਤੇ ਜ਼ਹਿਰ ਭਰੀ ਰਹਿੰਦੀ ਹੈ। ਝੂਠੇ ਨੰਦ ਨੇ ਆਖਿਆ ਸੀ ਨਾ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ। ਇਹ ਸੱਪ ਦੇ ਬੱਚੇ ਨੇ ਸਪੋਲੀਆਂ ਨੂੰ ਦੁੱਧ ਪਿਲਾਉਣਾ ਕੋਈ ਸਿਆਣੀ ਗੱਲ ਨਹੀਂ। ਇਸ ਦੇ ਨਾਲੋਂ ਚੰਗਾ ਹੈ ਕਿ ਇਹਨਾਂ ਨੂੰ ਵੱਡੇ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇ। ਖੈਰ ਪਿਆਰਿਓ, ਉਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੇ ਚੋਲੇ ਉਤਰਵਾ ਕੇ ਨਾ ਦਰਬਾਰ ਦੇ ਅੰਦਰ, ਇਹ ਕਥਾ ਗੁਰੂ ਸਤਨਕੀ ਵਿੱਚ ਲਿਖਿਆ ਆ, ਸਾਹਿਬਜ਼ਾਦਿਆਂ ਦੇ ਚੋਲੇ ਲੁਹਾ ਕੇ, ਅਤੇ ਪਿਆਰਿਓ ਇੱਕ ਖਮਚੀ ਹੁੰਦੀ ਹੈ, ਖਮਚੀ ਫਾਰਸੀ ਦਾ ਸ਼ਬਦ ਆ, ਇੱਕ ਉਹਦੇ ਵਿੱਚ ਲੱਕੜ ਦਾ ਪੀਸ ਹੁੰਦਾ ਆ, ਅਤੇ ਨਾਲ ਪਿਆਰਿਓ ਤਾਰਾਂ ਬੰਨੀਆਂ ਹੁੰਦੀਆਂ ਲੋਹੇ ਦੀਆਂ, ਉਹਨਾਂ ਦੇ ਨਾਲ ਕੱਚ ਦੇ ਛੋਟੇ ਛੋਟੇ ਪੀਸ, ਲੋਹੇ ਦੇ ਹੋਰ ਜਿਹੜੀਆਂ ਇਹ ਤਿੱਖੀਆਂ ਚੀਜ਼ਾਂ ਲੋਹੇ ਦੀਆਂ, ਅਤੇ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਹੈ। ਅਤੇ ਗੁਰੂ ਕੇ ਪਿਆਰਿਓ ਦਰਬਾਰ ਦੇ ਵਿੱਚ ਦੋਵਾਂ ਸਾਹਿਬਜ਼ਾਦਿਆਂ ਨੂੰ ਖੜਿਆਂ ਕਰਾ ਕੇ ਖਮਚੀਆਂ ਦੇ ਨਾਲ ਸਾਹਿਬਜ਼ਾਦਿਆਂ ਦੀ ਪਿੱਠ ਉੱਤੇ ਵਾਰ ਹੁੰਦੇ ਆ, ਵਾਰ ਵਾਰ ਲਹੂ ਵਹਿ ਤੁਰਦਾ ਆ ਨਿੱਕੀਆਂ ਜਿੰਦਾਂ। ਗੁਰੂ ਕੇ ਪਿਆਰਿਓ ਦੋਵੇਂ ਭਰਾ ਖੜੇ ਨੇ, ਦੋਵੇਂ ਸਾਹਿਬਜ਼ਾਦੇ, ਮੁੱਖ ਦੇ ਵਿੱਚੋਂ ਕੇਵਲ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਜਿਉਂ ਜਿਉਂ ਖਮਚੀਆਂ ਮਾਰਦੇ ਆ, ਪਵਿੱਤਰ ਖੂਨ ਜਿਹੜਾ ਡੁੱਲ ਕੇ ਅਤੇ ਧਰਤੀ ਨੂੰ ਲਾਲ ਕਰਦਾ ਆ। ਫਿਰ ਪਿਆਰਿਓ ਇਹ ਵੀ ਤਸੀਹਾ ਲਿਖਿਆ ਹੈ ਕਿ ਸਾਹਿਬਜ਼ਾਦਿਆਂ ਦੇ ਉਂਗਲਾਂ ਦੇ ਵਿੱਚ ਪਲੀਤੇ ਪਾ ਕੇ, ਪਲੀਤੇ ਸ਼ਬਦ ਆਪ ਜੀ ਸਮਝਦੇ ਹੋ, ਇਹ ਤਾਰਾਂ ਹੁੰਦੀਆਂ ਨੇ, ਸਾਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪਲੀਤੇ ਪਾ ਕੇ, ਅਤੇ ਫਿਰ ਪਿਆਰਿਓ ਉਹਨਾਂ ਪਲੀਤਿਆਂ ਨੂੰ ਅੱਗ ਲਾ ਦਿੱਤਾ ਜਾਂਦਾ ਸੀ। ਨਿੱਕੇ ਨਿੱਕੇ ਹੱਥ ਦੋਵੇਂ ਸਾਹਿਬਜ਼ਾਦਿਆਂ ਦੇ ਜਿਹੜੇ ਆ ਉਹ ਸੜ ਗਏ, ਨਿੱਕੇ ਨਿੱਕੇ ਹੱਥਾਂ ਦੇ ਉੱਤੇ ਛਾਲੇ ਪੈ ਗਏ ਉਹ ਅੱਗ ਦੇ ਨਿਸ਼ਾਨਾਂ ਦੇ ਨਾਲ। ਪਰ ਸਾਹਿਬਜ਼ਾਦੇ ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਏ ਗੁਣੀ। ਛਾਤੀਆਂ ਅਤੇ ਪਿੱਠ ਤੋਂ ਖੂਨ ਵਹਿ ਰਿਹਾ ਆ, ਜਿਹੜੀਆਂ ਉਂਗਲਾਂ ਨੇ ਉਹਨਾਂ ਦੇ ਵਿੱਚੋਂ ਵੀ ਖੂਨ ਵਹਿ ਰਿਹਾ ਆ। ਅਤੇ ਪਿਆਰਿਓ ਰਾਤ ਨੂੰ ਮਾਤਾ ਜਿਹੜੀ ਆ ਮਾਂ ਗੁਜਰੀ ਦੇਖਦੀ ਆ ਅਤੇ ਕਹਿੰਦੀ, ਬੱਚਿਓ ਸ਼ਾਬਾਸ਼, ਅੱਜ ਤੁਸੀਂ ਫੇਰ ਪਾਸ ਹੋ ਗਏ ਹੋ। ਖੈਰ ਪਿਆਰਿਓ ਉਹ ਰਾਤ ਹੁੰਦੀ ਹੈ ਜਿਸ ਰਾਤ ਇਹ ਫਤਵਾ ਸੁਣਾਇਆ ਜਾਂਦਾ ਹੈ। ਇਹਨਾਂ ਦੇ ਪਿੱਠਾਂ ਦੇ ਉੱਤੇ 5 ਅਤੇ 7 ਸਾਲ ਦੇ ਸਾਹਿਬਜ਼ਾਦਿਆਂ ਦੀਆਂ ਪਿੱਠਾਂ ਨੂੰ ਖਮਚੀਆਂ ਮਾਰ ਮਾਰ ਕੇ, ਲੋਹੇ ਦੇ ਨਾਲ ਕਦੇ ਕੱਚ ਦੇ ਨਾਲ ਮਾਰ ਮਾਰ ਕੇ ਦੇਖ ਲਿਆ ਆ। ਇਹਨਾਂ ਸਾਹਿਬਜ਼ਾਦਿਆਂ ਨੂੰ ਅਸੀਂ ਹੱਥ ਦੇ ਵਿੱਚ ਪਲੀਤੇ ਪਾ ਪਾ ਕੇ ਸਾੜ ਕੇ ਵੇਖ ਲਿਆ ਆ, ਪਰ ਇਹ ਡਰ ਹੀ ਨਹੀਂ ਮੰਨਦੇ ਕਿਸੇ ਹੋਰ ਦਾ। ਇਹ ਕਹੀ ਜਾਂਦੇ ਨੇ ਗੱਜ ਕੇ, ਕਹੂ ਹਰ ਸਮਾਨ ਨਹੀਂ ਰਾਜਾ, ਵਜੀਦੇ ਵੱਲ ਹੱਥ ਖੜਾ ਕਰਕੇ ਕਹਿੰਦੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਨਾ ਮੰਨੇ ਤੇ ਉਸ ਵੇਲੇ ਫਤਵਾ ਸੁਣਾਇਆ ਜਾਂਦਾ ਹੈ। ਰਾਤ ਨੂੰ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਪਹੁੰਚਦੇ ਨੇ, ਕਹਿੰਦੇ, ਮਾਂ ਅੱਜ ਤੇਰੇ ਬੱਚਿਆਂ ਦੀ ਅਖੀਰਲੀ ਤੇਰੀ ਗੋਦੀ ਵਿੱਚ ਰਾਤ ਹੈ, ਸਾਨੂੰ ਆਪਣੇ ਸੀਨੇ ਨਾਲ ਲਾ ਕੇ ਗੁਰੂ ਤੇਗ ਬਹਾਦਰ ਦੀਆਂ ਸਾਖੀਆਂ ਸੁਣਾ, ਮਾਂ ਸਾਡੇ ਯੋਧੇ ਦਾਦੀ ਦੀਆਂ ਸਾਖੀਆਂ ਦੱਸ, ਸਾਡੇ ਪੜਦਾਦੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਦੱਸ, ਸਾਡੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਵੱਡੇ ਵਡੇਰਿਆਂ ਬਾਰੇ ਦੱਸ ਜਿਨ੍ਹਾਂ ਦਾ ਖੂਨ ਸਾਡੀਆਂ ਰਗਾਂ ਵਿੱਚ ਦੌੜਿਆ ਹੈ। ਖੈਰ ਪਿਆਰਿਓ ਸਵੇਰਾ ਆਉਂਦਾ ਹੈ, ਅਤੇ ਜਦੋਂ ਸਵੇਰਾ ਆਉਂਦਾ ਹੈ ਨਾ ਅਤੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਸੋਹਣ ਸਿੰਘ ਸੀਤਲ ਲਿਖਦੇ ਆ ਕਿ ਜਦੋਂ ਤੁਰਦੇ ਆ ਅਤੇ ਦਰਵਾਜ਼ੇ 'ਤੇ ਆ ਜਾਂਦੇ ਆ, ਦਰਵਾਜ਼ੇ 'ਤੇ ਆਣ ਕੇ ਨਾ ਇਹ ਅਖੀਰਲਾ ਮੇਲਾ ਹੈ,
ਮਾਤਾ ਜੀ ਦੇ ਚਰਨਾਂ ਨੂੰ ਹੱਥ ਲਾਇਆ, ਆਖਰੀ ਫਤਿਹ ਬੁਲਾਈ। ਮਾਤਾ ਕਦੇ ਮਾਤਾ ਨੇ ਆਪਣੇ ਪਤੀ ਨੂੰ ਤੋਰਿਆ ਸੀ, ਕਦੇ ਮਾਤਾ ਨੇ ਅਨੰਦਪੁਰ ਸਾਹਿਬ ਉੱਜੜਦਾ ਵੇਖਿਆ, ਕਦੇ ਪਤੀ ਨੂੰ ਤੋਰਨ ਵਾਲੀ ਮਾਤਾ ਗੁਜਰੀ ਜੀ ਅੱਜ ਵੇਖ ਰਹੀ ਆ ਕਿ ਮੇਰੇ ਪੋਤਰੇ ਜਿਹੜੇ ਆ ਉਹ ਵੀ ਚੱਲੇ ਨੇ ਸ਼ਹੀਦੀਆਂ ਪਾਉਣ। ਖੈਰ ਪਿਆਰਿਓ, ਸਮਾਂ ਆ ਗਿਆ ਅਤੇ ਉਸ ਵੇਲੇ ਢਾਡੀ ਸੋਹਣ ਸਿੰਘ ਸੀ ਤਾਂ ਲਿਖਦੇ ਆ ਕਿ ਸਾਹਿਬਜ਼ਾਦੇ ਜਾਣ ਲੱਗੇ ਆ ਅਤੇ ਤੁਰ ਪਏ ਦੋਵੇਂ ਲਾਡਲੇ ਜਦੋਂ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਅਤੇ ਚਰਨਾਂ ਨੂੰ ਮੱਥਾ ਟੇਕ ਕੇ ਸਾਹਿਬਜ਼ਾਦੇ ਬਾਹਰ ਤੁਰਦੇ ਆ। ਬੂਹੇ ਵਿੱਚੋਂ ਪਰਤ ਕੇ ਬੋਲੇ, ਉਹ ਜਦੋਂ ਦੋਵੇਂ ਬੂਹੇ ਤੱਕ ਪਹੁੰਚਦੇ ਆ, ਉਹ ਪਰਤ ਕੇ ਫਿਰ ਬੋਲੇ ਸਾਹਿਬਜ਼ਾਦੇ, ਬੂਹੇ ਵਿੱਚੋਂ ਪਰਤ ਕੇ ਬੋਲੇ ਉਹ ਆ ਕੇ ਅਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨੇ ਬੂਹੇ ਵਿੱਚੋਂ ਆਵਾਜ਼ ਦਿੱਤੀ, ਕਹਿੰਦੇ ਮਾਂ ਉਡੀਕਾਂਗੇ ਤੈਨੂੰ ਸੱਚਖੰਡ ਵਿੱਚ ਜਾ ਕੇ। ਕਹਿੰਦੇ ਮਾਂ ਹੁਣ ਇੱਥੇ ਤੇਰੀ ਗੋਦ ਦਾ ਆਨੰਦ ਮੁੜ ਕੇ ਨਹੀਂ ਮਿਲਣਾ, ਹੁਣ ਸੱਚਖੰਡ ਦੇ ਵਿੱਚ ਆਪਣੀ ਗੋਦ ਦਾ ਨਿੱਘ ਦੇਵੀ। ਖੈਰ ਪਿਆਰਿਓ, ਇਹ ਦੋਵੇਂ ਜਾਂਦੇ ਨੇ, ਤੁਰ ਪਏ ਦੋਵੇਂ ਲਾਡਲੇ ਹੱਸ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਬੋਲੇ ਦੋਵੇਂ ਪਰਤਾ ਕੇ, ਕਹਿੰਦੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ। ਖੈਰ ਪਿਆਰਿਓ, ਉਸ ਵੇਲੇ ਮਾਤਾ ਜੀ ਨੇ ਆਖਿਆ, ਚਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਰਾਂ ਬਾਝੋਂ ਕਦੋਂ ਸੋਭਦੀਆਂ ਨੇ ਮਾਵਾਂ, ਅਤੇ ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਹਵਾਵਾਂ। ਮਾਤਾ ਜੀ ਨੇ ਆਖਿਆ ਵੀ ਤੁਸੀਂ ਜਾਓ, ਮੈਂ ਆ ਰਹੀ ਹਾਂ। ਫਿਰ ਮਾਤਾ ਜੀ ਨੇ ਆਖਿਆ ਵੇ ਦੁਨੀਆਂ ਦੇ ਲੋਕੋ, ਮਾਤਾ ਜੀ ਨੇ ਕਿਹਾ ਕਿ ਚਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਰਾਂ ਬਾਝੋਂ ਕਦ ਸੋਭਦੀਆਂ ਨੇ ਮਾਵਾਂ, ਜਿੱਧਰ ਉੱਡਦੇ ਹੰਸ ਉੱਧਰ ਉੱਡਦੀਆਂ ਹਵਾਵਾਂ, ਵੇ ਲੋਕੋ ਤੋਰ ਘਰਾਂ ਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਕਹਿੰਦੇ ਮੈਂ ਆਪਣੇ ਘਰ ਦੀਆਂ ਰੌਣਕਾਂ ਨੂੰ ਵਜੀਦੇ ਦੀ ਕਚਹਿਰੀ ਵੱਲ ਨੂੰ ਤੋਰ ਕੇ ਅਤੇ ਹੁਣ ਸੱਚਖੰਡ ਦੇ ਵਿੱਚ ਰੌਣਕਾਂ ਲਵਾਉਣੀਆਂ ਨੇ। ਖੈਰ ਪਿਆਰਿਓ, ਜਾਂਦੇ ਨੇ ਦਰਬਾਰ ਦੇ ਅੰਦਰ, ਵਜੀਦੇ ਦੀ ਕਚਹਿਰੀ ਦੇ ਵਿੱਚ ਏਕਾ ਨਿਰਭਉ ਬਾਤ ਸੁਣੀ, ਇਹੋ ਜਿਹੀ ਨਿਰਭੈਤਾ ਵਾਲੀ ਗੱਲ ਮਾਂ ਆਪਣੇ ਪੋਤਰਿਆਂ ਨੂੰ ਤੋਰਦੀ ਹੈ ਕਦੇ ਸੁਣਿਆ? ਦੁਨੀਆਂ ਦੇ ਇਤਿਹਾਸ ਵਿੱਚ ਸਾਡੇ ਇਤਿਹਾਸ ਵਰਗਾ ਕੋਈ ਹੈ ਨਹੀਂ। ਪਿਆਰਿਓ ਪਿਆਰਿਓ, ਦੋਵੇਂ ਸਾਹਿਬਜ਼ਾਦੇ ਖੜ੍ਹੇ ਨੇ ਅਤੇ ਜਦੋਂ ਖੜ੍ਹੇ ਨੇ ਅਤੇ ਉਸ ਵੇਲੇ ਉਹਨਾਂ ਨੇ ਫਿਰ ਆਖਿਆ, ਵਜੀਦੇ ਨੇ ਆਖਿਆ, ਬੱਚਿਓ ਹੁਣ ਵੀ ਮੈਂ ਤੁਹਾਨੂੰ ਬਚਾ ਸਕਦਾ ਹਾਂ, ਹੁਣ ਵੀ ਤੁਹਾਡੀ ਜਾਨ ਮਾਫ਼ ਹੋ ਸਕਦੀ ਆ। ਉਸ ਵੇਲੇ ਕਹਿੰਦੇ ਬਾਬਾ ਫਤਿਹ ਸਿੰਘ ਜੀ ਨੇ ਗੱਜ ਕੇ ਇਹ ਗੱਲ ਆਖੀ, ਕਹਿੰਦੇ ਸੱਚ ਤੋਂ ਮਿਟਾਓਗੇ ਤੂੰ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਜ਼ਰਾ ਸੁਣ ਲੋ ਆਪਣਾ ਦਿਲ ਕੇ ਕਾਨ ਸੇ, ਹਮ ਕਹਿ ਰਹੇ ਹੈ ਤੁਮਕੋ ਖੁਦਾ ਕੀ ਜ਼ਬਾਨ ਸੇ। ਬਾਬਾ ਫਤਿਹ ਸਿੰਘ ਨੇ ਆਖਿਆ, ਉਹ ਸੱਚ ਨੂੰ ਮਿਟਾਉਣ ਦੀਆਂ ਡਿੰਗਾਂ ਮਾਰਨ ਵਾਲਿਓ, ਤੁਸੀਂ ਇਸ ਦੁਨੀਆਂ ਤੋਂ ਢੇਰੀ ਹੋ ਜਾਣਾ ਆ, ਤੁਹਾਡਾ ਕੱਖ ਨਹੀਂ ਮਿਲਣਾ ਹੈ, ਪਰ ਕਹਿੰਦੇ ਸਾਡੇ ਨਾਮ ਵਿੱਚ ਆਣ ਕੇ ਲੋਕ ਇਸ ਧਰਤੀ ਨੂੰ ਆਪਣੀ ਮੱਥੇ ਨਾਲ ਮਸਤਕ ਨਾਲ ਛੁਆਇਆ ਕਰਨਗੇ। ਸੱਚ ਕੋ ਮਿਟਾਓਗੇ ਤੂੰ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ,
उपदेश जरा सुन लो अपना दिल के कान से, हम कह रहे हैं तुमको खुदा की जुबान से। फिर नीहां दी प्रक्रिया शुरू हो जाती है, आप जी जान दियो गोडियां तक नीहां होदियां आ, साहबजादियां दियां चप्पड़ियां उतार दित्तियां जांदियां आ, पर साहबजादे बोलदे ने एका निरपौ बात सुनी, ਕਹਿੰਦੇ ਆਓ ਮੈਂ ਤੈਨੂੰ ਨਿਰਭੈ ਦੀਆਂ ਗੱਲਾਂ ਦੱਸਾਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਖੈਰ ਪਿਆਰਿਓ ਕੇਵਲ ਗੱਲਾਂ ਨਹੀਂ, ਕਦੇ ਤੱਤੀ ਤਵੀ ਉੱਤੇ ਨਿਰਭੈ ਹੋ ਕੇ ਜੀਵਣਾ ਸਿਖਾਇਆ, ਕਦੇ ਦਿੱਲੀ ਵਿੱਚ ਆਪਣਾ ਸੀਸ ਉਤਰਵਾ ਕੇ ਅਤੇ ਨਿਰਭੈ ਹੋ ਕੇ ਸਿਖਾਇਆ, ਅਤੇ ਕਦੇ 5 ਤੇ 7 ਸਾਲ ਦੇ ਬੱਚੇ ਨੀਹਾਂ ਦੇ ਵਿੱਚ ਜਕਾਰੇ ਛੱਡ ਕੇ ਵੀ ਦੱਸਦੇ ਸੀ ਕਿ ਭੈ ਤੋਂ ਰਹਿਤ ਹੋ ਕੇ ਵੀ ਕੋਈ ਜ਼ਿੰਦਗੀ ਹੈ। ਖੈਰ ਪਿਆਰਿਓ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਜਾਂਦੇ ਆ, ਜਦੋਂ ਬੇਹੋਸ਼ ਹੋ ਜਾਂਦੇ ਆ ਉਦੋਂ ਗੁਰੂ ਕੇ ਪਿਆਰਿਓ ਸਾਹਿਬਜ਼ਾਦਿਆਂ ਨੂੰ ਧਰਤੀ 'ਤੇ ਲਿਟਾ ਕੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਿਹੜੇ ਦੋਵੇਂ ਇਹ ਜਲਾਦ ਨੇ, ਵਜੀਦੇ ਨੇ ਹੁਕਮ ਦਿੱਤਾ ਕਿ ਇਹਨਾਂ ਦੀਆਂ ਛਾਤੀਆਂ ਦੇ ਉੱਤੇ ਗੋਡੇ ਰੱਖ ਕੇ ਹੱਥ ਦੇ ਵਿੱਚ ਤਿੱਖੀ ਖੰਜਰ ਜਿਹੜੀ ਆ, ਤਿੱਖੀਆਂ ਕਟਾਰਾਂ ਖੰਜਰ ਲਿਖਿਆ ਹੋਇਆ ਵੈਸੇ, ਉਹਨਾਂ ਦੇ ਨਾਲ ਸਾਹਿਬਜ਼ਾਦਿਆਂ ਨੂੰ ਹੌਲੀ ਹੌਲੀ ਜਿਹੜਾ ਜ਼ਿਬਾ ਕੀਤਾ ਜਾਂਦਾ। ਜ਼ਿਬਾ ਦੇ ਅਰਥ ਨੇ ਪਿਆਰਿਓ ਕਿ ਬਹੁਤ ਹੌਲੀ ਤਰ੍ਹਾਂ ਗਲਾਂ ਕੱਟਿਆ ਜਾਂਦਾ ਸੀ। ਇਸ ਤਰ੍ਹਾਂ ਸ਼ਹੀਦ ਹੋਏ ਨੇ, ਕੇਵਲ ਨੀਹਾਂ ਦੀ ਗੱਲ ਨਹੀਂ। ਜਦੋਂ ਜ਼ਿਬਾ ਕੀਤਾ ਜਾਂਦਾ ਆ ਅਤੇ ਉਸ ਵੇਲੇ ਲਿਖਿਆ ਆ ਬੰਸਾਵਲੀ ਨਾਮੇ ਅੰਦਰ ਕੇਸਰ ਸਿੰਘ ਛਿੱਬਰ ਲਿਖਦਾ ਆ ਕਿ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਜਿਹੜੇ ਆ ਉਸੇ ਵੇਲੇ ਨਿਕਲ ਗਏ, ਅਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਕਿ ਅੱਧੀ ਘੜੀ ਤੱਕ ਉਹਨਾਂ ਦੀਆਂ ਜਿਹੜੀਆਂ ਲੱਤਾਂ ਆ ਉਹ ਦੋਵੇਂ ਹਰਕਤ ਕਰਦੀਆਂ ਰਹੀਆਂ। ਅੱਧੀ ਘੜੀ ਦੇ ਅਰਥ ਨੇ 12 ਮਿੰਟ। 12 ਮਿੰਟ ਤੱਕ ਬਾਬਾ ਫਤਿਹ ਸਿੰਘ ਜੀ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਲੱਤਾਂ ਉਹ ਹਰਕਤ ਕਰਦੀਆਂ ਰਹੀਆਂ। ਖੈਰ ਪਿਆਰਿਓ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਕਿ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਜਦੋਂ ਸੰਸਕਾਰ ਕੀਤਾ ਗਿਆ ਧਰਤੀ ਸਭ ਤੋਂ ਮਹਿੰਗੀ ਖਰੀਦੀ ਗਈ, ਅਤੇ ਗੁਰਸਿੱਖਾਂ ਨੇ ਉਸ ਅਸਥਾਨ ਦਾ ਨਾਂ ਰੱਖਿਆ ਜੋਤੀ ਸਰੂਪ। ਅਤੇ ਜਦੋਂ ਜੋਤੀ ਸਰੂਪ ਗਏ ਇੱਕ ਵਾਰੀ ਦਰਸ਼ਨ ਕਰਨ, ਜਿਨ੍ਹਾਂ ਗੁਰਸਿੱਖਾਂ ਦੀ ਮੈਂ ਸੰਗਤ ਕਰਦਾ ਉਹ ਮੇਰੇ ਨਾਲ ਸੀ, ਕਹਿੰਦੇ ਤੈਨੂੰ ਪਤਾ ਜੋਤੀ ਸਰੂਪ ਕਿਉਂ ਨਾਂ ਰੱਖਿਆ? ਮੈਂ ਕਿਹਾ ਨਹੀਂ ਭਾਈ ਸਾਹਿਬ ਮੈਨੂੰ ਪਤਾ ਨਹੀਂ, ਤੁਸੀਂ ਦੱਸੋ। ਉਸ ਵੇਲੇ ਉਹ ਗੁਰਸਿੱਖ ਨੇ ਮੇਰੇ ਵੱਲ ਤੱਕਿਆ, ਮੈਨੂੰ ਯਾਦ ਹੈ ਅੱਜ ਤੱਕ, ਉਹਨਾਂ ਨੇ ਕਿਹਾ ਸਾਹਿਬਜ਼ਾਦੇ ਹੈ ਹੀ ਜੋਤੀ ਸਰੂਪ ਸੀ। ਕਹਿੰਦੇ ਉਹਨਾਂ ਨੇ ਆਪਣੇ ਆਪ ਨੂੰ ਸਰੀਰ ਨਹੀਂ ਸੀ ਮੰਨਿਆ, ਉਹ ਹੈ ਹੀ ਜੋਤੀ ਸਰੂਪ ਸੀ, ਅਤੇ ਅੱਜ ਤੱਕ ਉਹਨਾਂ ਦੀ ਜੋਤ ਜਗਮਗ ਇਸ ਅਸਥਾਨ 'ਤੇ ਹੈ। ਖੈਰ ਪਿਆਰਿਓ ਏਕਾ ਨਿਰਭਉ ਬਾਤ ਸੁਣੀ, ਕੇਵਲ ਗੱਲਾਂ ਨਹੀਂ, ਗੁਰੂ ਸਾਹਿਬ ਨੇ ਪ੍ਰੈਕਟੀਕਲ ਆਪਣੀ ਜ਼ਿੰਦਗੀ ਅੰਦਰ ਵਿਖਾਇਆ। ਅਤੇ ਜਿਸ ਸਾਹਿਬਜ਼ਾਦੇ ਦਾ ਅੱਜ ਆਗਮਨ ਮਨਾ ਰਹੇ ਹਾਂ ਪਿਆਰਿਓ, ਉਸ ਸਾਹਿਬਜ਼ਾਦੇ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਨਿਰਭਉ ਹੋਣ ਦਾ ਰੰਗ ਦਿਖਾਇਆ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ। ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ 5 ਸਾਲ ਦਾ ਬੱਚਾ ਵੀ ਗਿਆਨੀ ਹੋ ਸਕਦਾ ਆ, ਅਤੇ ਜਿੱਥੇ 80 ਸਾਲ ਦੀ ਮਾਤਾ ਵੀ ਗਿਆਨੀ ਹੈ। ਖੈਰ ਪਿਆਰਿਓ ਸ਼ਬਦ ਦੇ ਆਪਾਂ ਅਖਰੀ ਅਰਥਾਂ ਵੱਲ ਜਾਣਾ ਹੈ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਘਰ ਦੂਜਾ, ਦੂਜੇ ਸੁਰਤਾਲ ਦੇ ਘਰ ਦੇ ਵਿੱਚ ਗਾਉਣਾ, ਇੱਕ ਓਅੰਕਾਰ। ਪਰਮਾਤਮਾ ਇੱਕ ਹੈ ਜਿਸ ਦੇ ਵਰਗਾ ਹੋਰ ਕੋਈ ਨਹੀਂ। ਓਅੰਕਾਰ
ਓਅੰਕਾਰ ਦੇ ਅਰਥ ਨੇ, ਸੰਖੈਨ ਇੱਕ ਅਰਥ ਹੈ ਕਿ ਉਹਦੀ ਜਿਹੜੀ ਜੋਤ ਆ ਉਹ ਸਾਰਿਆਂ ਦੇ ਵਿੱਚ ਪਸਰੀ ਹੋਈ ਹੈ, ਸਾਰਿਆਂ ਦਾ ਪ੍ਰਕਾਸ਼ਕ, ਸਾਰਿਆਂ ਦੇ ਵਿੱਚ ਜੋਤ ਸਰੂਪ ਵਾਹਿਗੁਰੂ ਬੈਠਾ ਆ। ਪਰ ਪਿਆਰਿਓ, ਜਿਹੜੇ ਗੁਰੂ ਦੇ ਭੈਣ ਨੂੰ ਅੰਦਰ ਵਸਾ ਦਿੰਦੇ ਆ ਨਾ, ਜੋਤ ਸਰੂਪ ਤਾਂ ਸਾਰਿਆਂ 'ਚ ਬੈਠਾ ਆ, ਪਰ ਮਹਿਸੂਸ ਉਹਨਾਂ ਨੂੰ ਹੁੰਦਾ ਆ ਜਿਨ੍ਹਾਂ ਨੇ ਗੁਰੂ ਦੇ ਭੈਣ ਨੂੰ ਹਿਰਦੇ 'ਚ ਵਸਾਇਆ। ਸਾਹਿਬਜ਼ਾਦਿਆਂ ਨੇ ਓਅੰਕਾਰ ਨੂੰ ਆਪਣੇ ਅੰਦਰ ਮਹਿਸੂਸ ਕੀਤਾ। ਸਤਿਗੁਰ ਪ੍ਰਸਾਦ, ਉਸ ਪਰਮਾਤਮਾ ਜੀ ਦਾ ਵਸਲ, ਉਸ ਪਰਮਾਤਮਾ ਜੀ ਦਾ ਮਿਲਾਪ ਕੇਵਲ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਮਹਾਰਾਜ ਕਹਿੰਦੇ ਨੇ, ਡਰ ਪੈ ਧਰਤ ਆਕਾਸ ਨਖਿਅਤਰਾ, ਸਿਰੀ ਉੱਪਰ ਅਮਰ ਕਰਾਰਾ। ਮਹਾਰਾਜ ਕਹਿੰਦੇ, ਇਹ ਧਰਤੀ ਵੀ ਜਿਹੜੀ ਹੈ ਇਹ ਪਰਮਾਤਮਾ ਦੇ ਭੈ ਦੇ ਵਿੱਚ ਖੜੀ ਹੈ। ਆਕਾਸ, ਇਹ ਜਿਤਨਾ ਆਕਾਸ਼ ਆ ਇਹ ਵੀ ਪਰਮਾਤਮਾ ਨੇ ਆਪਣੇ ਭੈ ਦੇ ਵਿੱਚ ਥੰਮਿਆ ਹੋਇਆ ਹੈ। ਅਤੇ ਮੈਂ ਬੇਨਤੀ ਕਰਾਂ ਪਿਆਰਿਓ, ਪਰਮਾਤਮਾ ਦਾ ਭੈ ਹੀ ਹੈ ਜਿਸ ਕਰਕੇ ਧਰਤੀ ਖੜੀ ਹੈ, ਪਰਮਾਤਮਾ ਦਾ ਭੈ ਹੀ ਹੈ ਜਿਸ ਕਰਕੇ ਇਹ ਆਕਾਸ ਹੈ। ਪਰਮਾਤਮਾ ਦੇ ਭੈ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ ਆਸਾ ਕੀ ਵਾਰ ਦੇ ਵਿੱਚ, ਭੈ ਵਿੱਚ ਚੱਲੈ ਲੱਖ ਦਰਿਆਓ। ਖੈਰ, ਉਹ ਸਾਰਾ ਪ੍ਰਮਾਣ ਆਪ ਜੀ ਦੇ ਸਾਹਮਣੇ ਵਿੱਚ ਸਾਹਮਣੇ ਨਹੀਂ ਰੱਖਣਾ। ਮਹਾਰਾਜ ਕਹਿੰਦੇ, ਸਗਲਿਆਂ ਭੌ ਲਿਖਿਆ ਸਿਰਲੇਖ, ਸਾਰੀਆਂ ਚੀਜ਼ਾਂ ਦੇ ਉੱਤੇ ਪਰਮਾਤਮਾ ਨੇ ਆਪਣਾ ਭੈ ਵਸਾਇਆ ਹੋਇਆ ਆ। ਪਰ ਮੈਂ ਇੱਕ ਬੇਨਤੀ ਕਰਾਂ, ਕੇਵਲ ਮਨੁੱਖ ਆ ਜੋ ਰੱਬ ਦੇ ਭੈ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ। ਧਰਤੀ ਵੀ ਰੱਬ ਦੇ ਭੈ ਵਿੱਚ ਚੱਲ ਰਹੀ ਹੈ, ਲੱਖਾਂ ਦਰਿਆ ਵੀ ਰੱਬ ਦੇ ਭੈ ਵਿੱਚ ਚੱਲ ਰਹੇ ਆ। ਇਹ ਅੱਗ, ਜੋ ਵੀ ਪੰਜ ਤੱਤ ਆ ਪਰਮਾਤਮਾ ਦੇ ਭੈ ਵਿੱਚ ਚੱਲ ਰਹੇ ਆ। ਪਰ ਇੱਕ ਬੰਦਾ ਆ ਜੋ ਪਰਮਾਤਮਾ ਦੇ ਭੈ ਵਿੱਚ ਨਹੀਂ ਚੱਲਦਾ। ਡਰ ਪੈ ਧਰਤ ਆਕਾਸ ਨਖਿਅਤਰਾ, ਜਿਹੜੇ ਇਹ ਨਛੱਤਰ ਨੇ, ਨਛੱਤਰ ਦੇ ਅਰਥ ਆਪ ਜੀ ਸਮਝਦੇ ਹੋ ਤਾਰੇ ਜਿਹੜੇ ਆ। ਪਿਆਰਿਓ, ਇਹ ਤਾਰੇ ਵੀ ਜਿਹੜੇ ਆ, ਇਹ ਆਕਾਸ਼ ਹੈ, ਇਹ ਧਰਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਇਹਨਾਂ ਦੇ ਉੱਤੇ ਵੀ ਕੋਈ ਲੇਖ ਲਿਖਿਆ ਆ। ਸਿਰ, ਇਹਨਾਂ ਦੇ ਸਿਰਾਂ ਉੱਤੇ ਅਮਰ ਕਰਾਰਾ, ਅਮਰ ਦੇ ਅਰਥ ਨੇ ਮਹਾਰਾਜ ਜੀ ਦਾ ਹੁਕਮ ਜਿਹੜਾ ਕਦੇ ਮਿਟ ਨਹੀਂ ਸਕਦਾ। ਕਰਾਰੇ ਦੇ ਅਰਥ ਅਸੀਂ ਕਰ ਲਈਏ ਡਾਢਾ, ਵੈਸੇ ਪੰਜਾਬੀ ਦਾ ਬੜਾ ਸੋਹਣਾ ਸ਼ਬਦ ਹੈ ਕਰਾਰਾ। ਖੈਰ ਪਿਆਰਿਓ, ਉਹ ਪਰਮਾਤਮਾ, ਡਾਢੇ ਪਰਮਾਤਮਾ ਦਾ ਹੁਕਮ ਹੀ ਹੈ ਜਿਸਨੇ ਸਾਰੀ ਧਰਤੀ ਨੂੰ ਰੱਖਿਆ ਹੋਇਆ ਹੈ। ਮਹਾਰਾਜ ਕਹਿੰਦੇ, ਪੌਣ ਪਾਣੀ ਬਹਿ ਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ। ਇਹ ਪੌਣ, ਇਹ ਹਵਾ ਵੀ ਜਿਹੜੀ ਆ ਇਹ ਵੀ ਪਰਮਾਤਮਾ ਦੇ ਭੈ ਵਿੱਚ, ਪਾਣੀ ਜਲ ਵੀ ਜਿਹੜਾ ਪਰਮਾਤਮਾ ਦੇ ਭੈ ਵਿੱਚ, ਬਹਿ ਸੰਤਰ ਅੱਗ ਵੀ ਪਰਮਾਤਮਾ ਦੇ ਭੈ ਵਿੱਚ, ਡਰ ਪੈ ਇੰਦਰ ਵਿਚਾਰਾ। ਰਾਜਾ ਇੰਦਰ ਵੀ ਜਿਹੜਾ ਆ ਉਹ ਵੀ ਗੁਰੂ ਕੇ ਪਿਆਰਿਓ ਪਰਮਾਤਮਾ ਦੇ ਭੈ ਵਿੱਚ ਹੈ ਵਿਚਾਰਾ। ਏਕਾ ਨਿਰਭਉ ਬਾਤ ਸੁਣੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਿੱਖਾ ਆ ਮੈਂ ਤੈਨੂੰ ਦੱਸਾਂ, ਇੱਕ ਨਿਰਭਉ ਵੀ ਹੈਗਾ ਇਹਨਾਂ ਸਾਰਿਆਂ ਦੇ ਵਿੱਚ। ਧਰਤੀ ਵੀ ਭੈ ਵਿੱਚ, ਪਾਣੀ ਵੀ ਭੈ ਵਿੱਚ, ਇੰਦਰ ਵੀ ਭੈ ਵਿੱਚ, ਅੱਗ ਵੀ ਭੈ ਵਿੱਚ, ਹਵਾ ਵੀ ਭੈ ਵਿੱਚ। ਪਰ ਗੁਰੂ ਸਾਹਿਬ ਕਹਿੰਦੇ, ਆ ਤੈਨੂੰ ਨਿਰਭਉ ਦਾ ਦੱਸਾਂ, ਇੱਕ ਨਿਰਭਉ ਹੈ ਪਰਮਾਤਮਾ। ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਣ ਮੇ ਲਗਾਏ ਗੁਣੀ। ਮਹਾਰਾਜ ਕਹਿੰਦੇ, ਪਰਮਾਤਮਾ ਨਿਰਭੈ ਹੈ, ਅਤੇ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਉਹਦੇ ਵੀ ਅੰਦਰ ਦੇ ਡਰ ਖਤਮ ਹੋ ਜਾਂਦੇ ਆ। ਮੈਂ ਆਰੰਭਤਾਂ ਦੇ ਵਿੱਚ ਇੱਕ ਪ੍ਰਮਾਣ ਆਪ ਜੀ ਦੇ ਅੱਗੇ ਰੱਖਿਆ ਸੀ, ਡੱਡਾ ਡਰ ਉਪਜੈ ਡਰ ਜਾਈ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ,
ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਭੈ ਵਸ ਜਾਏਗਾ, ਸਾਰੀ ਦੁਨੀਆਂ ਦਾ ਭੈ ਖਤਮ ਹੋ ਜਾਏਗਾ। ਗੁਰੂ ਰਾਮਦਾਸ ਲਾਵਾਂ ਅੰਦਰ ਸਾਨੂੰ ਦੱਸਦਿਆ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਜਿਨ੍ਹਾਂ ਦੇ ਅੰਦਰ ਰੱਬ ਦਾ ਭੈ ਆ ਗਿਆ, ਉਹਨਾਂ ਦੇ ਦਿਲ ਦੇ ਉੱਤੋਂ ਮੈਲ ਲੱਥ ਗਈ, ਅਤੇ ਕਹਿੰਦੇ ਜਿੱਧਰ ਵੀ ਵੇਖਦੇ ਆ ਉਹਨਾਂ ਨੂੰ ਕੇਵਲ ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ। ਉਹ ਬੰਦਿਆ ਕਦੇ ਰੱਬ ਦੇ ਭੈ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਕੇ ਵੇਖ। ਜਦੋਂ ਰੱਬ ਦੇ ਭੈ ਵਿੱਚ ਜ਼ਿੰਦਗੀ ਬਤੀਤ ਕਰੇਗਾ ਨਾ, ਇੱਕ ਦਿਨ ਆਵੇਗਾ ਜ਼ਰੇ ਜ਼ਰੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਮਹਾਰਾਜ ਕਹਿੰਦੇ ਸੋ ਸੁਖੀਆ, ਪਰਮਾਤਮਾ ਦੇ ਡਰ ਵਿੱਚੋਂ ਸੁੱਖ ਮਿਲਦਾ ਆ, ਦੁਨੀਆਂ ਦੇ ਡਰ ਵਿੱਚੋਂ ਦੁੱਖ ਮਿਲਦਾ। ਸੋ ਸਦਾ ਸੋਹੇਲਾ, ਮਹਾਰਾਜ ਕਹਿੰਦੇ ਉਹਦਾ ਇੱਕ ਇੱਕ ਜਿਹੜਾ ਕਦਮ ਆ, ਉਹਦਾ ਇੱਕ ਇੱਕ ਸਾਹ ਵੀ ਸਫਲ ਹੋ ਜਾਂਦਾ ਆ। ਜੋ ਗੁਰਮਿਲ ਗਾਏ ਗੁਣੀ, ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਉਂਦਾ ਆ। ਮਹਾਰਾਜ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਹਾਉ ਦੇਹ ਧਾਰ ਅਰ ਦੇਵਾ ਡਰ ਪਹਿ, ਸਿੱਧ ਸਾਧਿਕ ਡਰ ਮੋਇਆ। ਦੇਹ ਧਾਰ ਜਿੰਨੇ ਵੀ ਸਰੀਰ ਧਾਰੀ ਆ, ਇਹ ਜਿੰਨੇ ਵੀ ਜਾਨਵਰ ਨੇ, ਇਹ ਸਾਰੇ ਪਰਮਾਤਮਾ ਦੇ ਭੈ 'ਚ ਨੇ। ਅਰ ਦੇਵਾ ਡਰ ਪੈ, ਦੇਵਾ ਦੇ ਅਰਥ ਨੇ ਦੇਵੀ ਦੇਵਤੇ। ਸਿੱਧ ਸਾਧਿਕ ਡਰ ਮੋਇਆ, ਪਿਆਰਿਓ ਇਹ ਸਿੱਧ ਜਿਹੜੇ ਆ ਅਤੇ ਸਾਧਨਾ ਕਰਨ ਵਾਲੇ, ਇਹ ਸਭ ਪਰਮਾਤਮਾ ਦੇ ਭੈ ਵਿੱਚ ਆਖਿਰਕਾਰ ਦੁਨੀਆਂ ਤੋਂ ਤੁਰ ਜਾਂਦੇ ਆ। ਲੱਖ ਚੌਰਾਸੀ ਮਰ ਮਰ ਜਨਮੇ, ਫਿਰ ਫਿਰ ਜੋਨੀ ਜੋਇਆ। ਕਹਿੰਦੇ ਪਿਆਰਿਆ, ਜਿਨ੍ਹਾਂ ਦੇ ਅੰਦਰ ਦੁਨੀਆਂ ਦਾ ਭੈ ਆ ਨਾ, ਲੱਖ ਚੌਰਾਸੀ ਮਰ ਮਰ ਜਨਮੇ। ਕਹਿੰਦੇ ਦੁਨੀਆਂ ਤੋਂ ਡਰਨ ਵਾਲਿਆ, ਫਿਰ ਫਿਰ ਆਉਣਾ ਜਾਣਾ ਪੈਂਦਾ ਹੈ। ਫਿਰ ਫਿਰ ਜੋਨੀ ਜੋਇਆ, ਜੋਨੀਆਂ ਦੇ ਵਿੱਚ ਉਹਨਾਂ ਨੂੰ ਜੋਇਆ ਜਾਂਦਾ ਹੈ, ਜਿਵੇਂ ਇੱਕ ਜਾਨਵਰ ਨੂੰ ਜੋਇਆ ਜਾਂਦਾ ਹੈ। ਉਵੇਂ ਗੁਰੂ ਕੇ ਪਿਆਰਿਓ, ਦੁਨੀਆਂ ਤੋਂ ਡਰਨ ਵਾਲਾ ਜਿਹੜਾ ਮਨੁੱਖ ਆ, ਉਹ ਵਾਰ ਵਾਰ ਜਨਮਦਾ ਅਤੇ ਮਰਦਾ ਹੈ। ਰਾਜਸ ਸਾਤਕ ਤਾਮਸ ਡਰ ਪੈ, ਕੇਤੇ ਰੂਪ ਉਪਾਇਆ। ਜਿੰਨੇ ਵੀ ਰੂਪ ਸਾਨੂੰ ਦਿਸ ਰਹੇ ਆ, ਰਜੋਗੁਣੀ ਜਿਹੜੀ ਜੀਵ ਆ, ਸਤੋਗੁਣੀ ਜੀਵ ਆ, ਤਮੋਗੁਣੀ ਜੀਵ ਆ, ਇਹਨਾਂ ਦੇ ਅੰਦਰ ਵੀ ਡਰ ਵਸਿਆ ਹੋਇਆ ਹੈ। ਛਲ ਬੱਪਰੀ ਇਹ ਕੌਲਾ ਡਰ ਪੈ, ਮਾਇਆ ਜਿਹੜੀ ਆ ਉਹ ਵੀ ਭੈ ਦੇ ਵਿੱਚ ਵਸ ਰਹੀ ਹੈ। ਅਤ ਡਰ ਪੈ ਧਰਮ ਰਾਜਾ, ਇੱਥੋਂ ਤੱਕ ਕਿ ਧਰਮ ਰਾਜਾ ਵੀ ਜਿਹੜਾ ਆ ਉਹਦੇ ਅੰਦਰ ਵੀ ਭੈ ਹੈ, ਉਹਦੇ ਅੰਦਰ ਵੀ ਡਰ ਹੈ। ਸਗਲ ਸਮੱਗਰੀ ਡਰ ਹੈ ਵਿਆਪੀ, ਜੋ ਵੀ ਬਣਿਆ ਹੈ ਉਹ ਸਾਰਾ ਡਰ ਦੇ ਵਿੱਚ ਹੈ। ਬਿਨ ਡਰ ਕਰਨਾ ਹਾਰਾ, ਲੇਕਿਨ ਨਿਰਭਉ ਕੇਵਲ ਪਰਮਾਤਮਾ ਆ ਜਿਸਨੇ ਸਾਰਿਆਂ ਨੂੰ ਬਣਾਇਆ ਹੋਇਆ ਹੈ। ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰਾ। ਕਹਿੰਦੇ ਜਿਹੜੇ ਉਹਦੀ ਭਗਤੀ ਕਰਦੇ ਆ ਨਾ, ਉਹ ਨਿਰਭਉ ਉਹਨਾਂ ਦੇ ਕੋਲ ਆ ਕੇ ਖੜਾ ਹੋ ਜਾਂਦਾ ਆ, ਉਹਨਾਂ ਦਾ ਸਾਥ ਕਦੇ ਛੱਡਦਾ ਨਹੀਂ। ਭਗਤ ਸੋ ਹੈ ਦਰਬਾਰਾ, ਪ੍ਰਭੂ ਦੇ ਜਿਹੜੇ ਭਗਤ ਆ ਉਹਦੇ ਦਰਬਾਰ ਦੇ ਵਿੱਚ ਸੋਭਨੀਕ ਹੁੰਦੇ ਆ, ਸੋਭਾ ਪਾਉਂਦੇ ਆ ਪਰਮਾਤਮਾ ਦੇ ਘਰ ਦੇ ਅੰਦਰ। ਆਓ ਪਿਆਰਿਓ, ਮਹਾਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਤਿਨ੍ਹਾਂ ਦੀ ਯਾਦ ਵਿੱਚ ਇਹ ਅੱਜ ਦੇ ਜਿਹੜੇ ਦੀਵਾਨ ਆ ਉਹ ਸਮਰਪਿਤ ਨੇ। ਸੋ ਆਓ ਇਹੋ ਜਿਹੇ ਨਿਰਭੈ ਯੋਧਿਆਂ ਦੇ ਚਰਨਾਂ ਉੱਤੇ ਸੀਸ ਨਿਵਾਈਏ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਹਿਰਦੇ ਵਿੱਚੋਂ ਵੀ ਦੁਨੀਆਂ ਦਾ ਡਰ ਖਤਮ ਹੋ ਕੇ
ਕੇਵਲ ਪਰਮਾਤਮਾ ਦਾ ਪੈ ਵਸਜਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨਾ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੁਹੈ ਦਰਬਾਰਾ ਆਏ, ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਤ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।